ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਹੈ ਪਿੰਡ ਕੈਰੋਂ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਝੰਡਾ ਸਿੰਘ ਦੇ ਕੋਲ। ਅੱਜ ਇਸ ਕਵਰ ਦੇ ਵਿੱਚ ਦੋਸਤੋ 3 ਵਹਿੜਾਂ ਅਤੇ 5 ਮੱਝਾਂ ਤੁਹਾਨੂੰ ਦਿਖਾਉਣੀਆਂ ਨੇ। ਪਸ਼ੂ ਕਿੰਨੇ ਸੂਏ ਸੁਆਏ ਆ, ਕਿੰਨੇ ਗੱਬਣ ਆ, ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ। ਅੱਜ 16 ਦਸੰਬਰ ਨੂੰ ਆਪਾਂ ਇਹ ਕਵਰ 'ਚ ਕਰਦੇ ਹਾਂ ਦੋਸਤੋ। ਸਮਾਂ ਕੋਈ ਸ਼ਾਮ ਦਾ 4 ਵਜੇ ਦਾ ਹੈਗਾ। ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ, ਗੱਬਣ ਪਸ਼ੂ ਲੈ ਰਹੇ ਹੋ ਦੋਸਤੋ, ਚੌਂ ਥਾਂ ਦਾ ਤਿੱਪ ਕੇ ਤਸੱਲੀ ਜ਼ਰੂਰ ਕਰਿਆ ਕਰੋ। ਕੋਈ ਵੀਰ ਸੋਇਆ ਸੋਇਆ ਨਗ ਲੈ ਰਿਹਾ ਅਤੇ 2 ਟਾਈਮ 3 ਟਾਈਮ ਚਵਾਈ ਆਪਣੀ ਜ਼ਰੂਰ ਤਸੱਲੀ ਨਾਲ ਕਰਿਆ ਕਰੋ, ਠੀਕ ਹੈ ਜੀ। ਨਰਕ ਪੁਰਖ ਧਾਰਨ ਕੇ ਤਸੱਲੀ ਜ਼ਰੂਰ ਕਰਿਆ ਕਰੋ, ਠੀਕ ਹੈ। ਅਤੇ ਆਓ, ਨਵੀਆਂ ਜਾਣਕਾਰੀ ਵੀਰ ਝੰਡਾ ਸਿੰਘ ਤੋਂ ਪੁੱਛਦੇ ਹਾਂ ਕੀ ਡਿਟੇਲ ਆ, ਕੀ ਇਨਫੋਰਮੇਸ਼ਨ ਆ ਜਿਹਨਾਂ ਪਸ਼ੂਆਂ ਦੀ, ਠੀਕ ਹੈ। ਅਤੇ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਮਝ ਆ ਸਕੇ। ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਵਧੀਆ, ਠੀਕ ਠਾਕ। ਹੋਰ ਠੀਕ ਠਾਕ ਜੀ? ਠੀਕ ਠਾਕ ਹੈ ਜੀ, ਠੀਕ ਠਾਕ, ਵਧੀਆ, ਠੀਕ ਠਾਕ ਚਾਹੀਦੀ। ਅੱਛਾ ਝੰਡਾ ਸਿੰਘ, ਅੱਜ ਪਸ਼ੂ 8 ਪਕਾਊਗਾ ਟੋਟਲ? ਹਾਂਜੀ ਵੀਰ ਜੀ। 3 ਵਹਿੜਾਂ ਅਤੇ 5 ਮੱਝਾਂ? ਹਾਂਜੀ, 5 ਮੱਝਾਂ। ਮੱਝਾਂ ਕਿੰਨੀਆਂ ਸੂਈਆਂ ਸਵਾਈਆਂ ਨੇ ਅੱਜ? ਮਈਆਂ ਜੀ 1 ਹੀ ਆ ਸੂਈ ਸਵਾਈ। ਅੱਛਾ, ਅਤੇ ਬਾਕੀ 4 ਮਈਆਂ ਗੱਬਣਾ ਵਾ। ਠੀਕ ਹੈ ਜੀ। ਹਾਂਜੀ, ਤੇ ਵਹਿੜਾਂ ਵੀ ਗੱਬਣਾ ਹੀ ਆ 3 ਨੇ। ਠੀਕ ਹੈ ਜੀ। ਹਾਂਜੀ ਹਾਂਜੀ, ਸੂਈ ਸਵਾਈ। ਹਾਂਜੀ, ਚਾਹੇ ਤਾਂ ਉਹਨੇ ਚਿਰ ਨੂੰ ਆ ਹੀ ਜਾਵੇ ਜਿੰਨਾ ਚਿਰ ਆਪਣੀ ਵੀਡੀਓ ਬਣਦੇ ਬੋਲਦੇ, ਬਾਕੀ ਉਹ ਸੂਈ ਸਵਾਈ ਆ ਪਹਿਲਾਂ ਨਾ ਝੋਟੀ ਸੰਧੂ ਸਾਹਿਬ, ਬਹੁਤ ਵਧੀਆ। ਅੱਛਾ ਹਾਂਜੀ, ਅੱਛਾ ਅੱਛਾ ਜੀ, ਹਾਂਜੀ ਹਾਂਜੀ, ਠੀਕ ਠੀਕ ਆ। ਅਤੇ ਲਓ ਦੋਸਤੋ, ਇਹ ਪਸ਼ੂ ਆ ਅਤੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲੈਣੇ ਗੱਬਣਾਂ 'ਚ, ਬਿਲਕੁਲ ਮਾਤਰਾ ਜ਼ਿਆਦੀ ਆ ਗੱਬਣਾਂ ਦੀ, ਅਤੇ ਬਾਕੀ ਆਪਦੀ ਨਰਕ ਪਰਕ ਹਰਿਆਣ ਕੇ ਕਰ ਲਿਓ। ਮੱਛੀ ਬਹੁਤ ਪਿਆਰੀ, ਉਸ ਤਰ੍ਹਾਂ ਨਗੀਨਾ ਇੱਕ ਪਹਿਲਣ ਸੁਣਦੀ ਆ। ਹਾਂਜੀ, ਪਹਿਲਣ, ਠੀਕ ਹੈ ਜੀ। ਹਾਂਜੀ, ਬਹੁਤ ਪਿਆਰੀ ਵੱਛੀ ਆ, ਜਰਸੀ ਹੈ। ਹਾਂਜੀ ਜਰਸੀ, ਹਾਂਜੀ ਹਾਂਜੀ, ਵੇਖੋ ਜਰਸੀ ਵੱਛੀ ਆ ਦੋਸਤੋ, ਹਾਈਟ ਮੀਡੀਅਮ ਦੇ ਵਿੱਚ ਆ ਪਰ ਨਿੱਗਰ ਬਹੁਤ ਜ਼ਿਆਦਾ ਹੈ, ਠੀਕ ਹੈ ਜੀ। ਵੇਖੋ ਜਿੰਨੇ ਵੀ ਆ ਕਰਮ ਵਾਲੀ ਬਹੁਤ ਸੋਹਣੀ ਆ, ਪਲੀ ਪੁਲੀ ਚੰਗੀ ਆ, ਅਤੇ ਪਹਿਲਾ ਸੂਆ ਸੁਣ ਜਾ ਰਹੀ ਆ। ਅਤੇ ਮੂੰਹ ਦੰਦੋ ਕਿਵੇਂ ਜੀ? ਮੂੰਹ ਇਹ ਨਾ ਸੰਧੂ ਸਾਹਿਬ, ਚਲੋ ਖਿਆਲ ਲੈਣ, ਮੰਨ ਲਓ ਉਹਨੇ ਆਂਦਾ ਸੀ, ਮੰਨ ਲਾ ਦੋਂਦੀ ਆ ਮੂੰਹ ਅਜੇ। ਹਾਂਜੀ ਹਾਂਜੀ, ਦੰਦੀ ਦੋਂਦੀ ਆ। ਅੱਛਾ, ਅਤੇ ਅਸੀਂ ਨਾ ਮੁੜ ਕੇ ਇਹ ਗੱਲ ਹੈਗੀ ਆ ਵੀ ਵੇਖੀ ਵੁਖੀ, ਅਤੇ ਬਾਕੀ ਇਹ ਆ ਵੀ ਵੱਛੀ ਚਲੋ ਅਜੇ ਜਾਪਣ ਵੀ ਦਈ ਆ ਵੀ ਬਹੁਤ ਪਿਆਰੀ ਵੱਛੀ ਆ। ਬਾਕੀ ਆਹ ਵੇਖੋ, ਭਾਵੇਂ ਇੱਦਾਂ ਹੀ ਬਹਿ ਜਾਓ, ਆਹ ਲਿਓ ਜੀ, ਲਿਓ ਲੈ ਜੂ ਹਫ਼ਤਾ ਅਜੇ। ਹਾਂਜੀ ਲੈ ਜੂਗੀ, ਖੜੂਗੀ ਸੰਤ ਸਾਹਿਬ, ਠੀਕ ਹੈ ਜੀ। ਹਾਂਜੀ ਹਾਂਜੀ, ਥਣ ਥੁਣ ਵੀ ਕੱਢੂਗੀ ਅਜੇ ਵੱਛੀ। ਹਾਂਜੀ, ਨਸਲ ਬਰੀਡ ਦੇ ਵਿੱਚ ਆ ਦੋਸਤੋ, ਜਰਸੀ ਬਰੀਡ ਦੇ ਵਿੱਚ ਨਾ, ਇਹ ਪੂਰਾ ਵੇਖੋ ਕਿ ਨਹੀਂ, ਪਹਿਲਣ ਵੱਛੀ ਹੈ, ਬਹੁਤ ਪਿਆਰੀ ਆ, ਹਾਈਟ ਕੱਦ ਜਿਹੜਾ ਮੀਡੀਅਮ ਜਿਹਾ ਹਾਈਟ ਕੱਦ ਆ, ਠੀਕ ਹੈ ਜੀ। ਅਤੇ ਬਿਲਕੁਲ ਇੱਕ ਛੋਟੀ ਬਰੀਡ ਆ ਦੋਸਤੋ, ਇਹ ਛੋਟੀ ਬਰੀਡ ਤੋਂ ਭਾਵ ਇਹ ਵੀ ਬਿਲਕੁਲ ਥੋੜ੍ਹੇ ਚਾਰੇ ਦੇ ਵਿੱਚ, ਥੋੜ੍ਹੀ ਡਾਇਟ ਦੇ ਵਿੱਚ ਰੱਜਣ ਵਾਲੀ ਆ। ਆਹ ਦੇਖੋ, ਆਹ ਠੀਕ ਹੈ ਜੀ, ਹਾਂ ਮੋੜ ਦਿਓ, ਹਾਂ ਤੋੜ ਲਓ ਜੀ, ਤੋੜ ਦਿਓ, ਬਹੁਤ ਪਿਆਰੀ ਜਿੱਦ ਵੇਖੋ, ਇੱਦਾਂ ਹੀ ਭਾਵੇਂ ਕੋਈ ਗੱਲ ਨਹੀਂ, ਦੋਵੇਂ ਬੰਨੇ ਬਹਿ ਜਾਓ, ਬਣੂਗੀ ਅਜੇ, ਬਹੁਤ ਫੱਟੇ ਚੱਕੂਗੀ। ਹਾਂਜੀ, ਮਗਰੋਂ ਐਂ ਢਿੱਲਾਂ ਢੁੱਲਾਂ ਵੜੀਆਂ ਅਜੇ, ਬਾਕੀ ਦੇਖੋ। ਲਓ ਵੀ ਦੋਸਤੋ, ਹਜੇ ਦਿਨਾਂ ਦੇ ਹਿਸਾਬ ਨਾਲ ਪੂਰੀ ਤਿਆਰ ਹੋਊਗੀ, ਅਤੇ ਕਰਮਾਂ ਦੀ ਲਾਹੇ ਪਈ ਆ, ਲੈ ਜੂਗੀ 5-4 ਦਿਨ, ਹਫ਼ਤੇ ਦੇ ਅੰਦਰ ਬਾਰ ਸਮਾਂ ਲੈ ਜੂਗੀ, ਠੀਕ ਆ। ਠੀਕ ਆ ਝੰਡਾ ਸਿੰਘ, ਕਿੰਨਾ ਇਹਦਾ ਮੁੱਲ, ਕੀ ਡਿਮਾਂਡ ਆ? ਸੰਧੂ ਸਾਹਿਬ ਮੁੱਲ ਵੀ ਚਲੋ ਇਹ ਆ ਵੀ ਜਿਹੜੇ ਹਿਸਾਬ ਨਾਲ ਵੱਛੀ ਆ, ਚਲੋ ਚਿੱਤਰਾਂ ਵੀ ਆ, ਬਾਕੀ ਆ ਵੀ ਮੁੱਲ 45,000 ਰੁਪਈਆ ਵਾ, ਅਤੇ ਬਾਕੀ 42,000 ਦੀ ਵੱਛੀ ਦੇ ਦਈਏ। ਹਾਂ ਨਾ, ਹਾਂਜੀ, ਜਾਤ ਬਰੀਡ ਵੇਖੋ, ਬਹੁਤ ਵਧੀਆ ਜੀ ਉਸ ਤਰ੍ਹਾਂ, ਬਾਕੀ ਇਹ ਆ ਵੀ ਨਸਲ ਬਰੀਡ ਵੀ ਤੁਹਾਨੂੰ ਬਹੁਤ ਆ, ਬਾਕੀ ਸੀਲ ਸਲੱਗ ਵੀ ਬਹੁਤ ਵਧੀਆ ਵਾ। ਬਾਕੀ ਉਹ ਨਾ ਚਲੋ ਕਈ ਵਾਰੀ ਵੀਰ ਕਰਨਗੇ ਵੀ, ਮੰਨ ਲਓ ਥਣ ਥੁਣ ਇਹਦਾ ਵੀ, ਮੰਨ ਲਓ ਥੋੜ੍ਹਾ ਛੋਟਾ ਵਾ, ਥਣ ਥੁਣ ਸੰਧੂ ਸਾਹਿਬ ਅਜੇ ਵੱਛੀ ਨੇ ਆ ਵੇਖੋ, ਖਿੱਚਿਆ ਮੰਨ ਲਓ ਇਹਨੇ ਕਰਨਾ ਵਾ, ਉਹ ਮੰਨ ਲਓ ਜਿਹੜੇ ਹੁੰਦੇ ਨਹੀਂ ਆ ਵੀ ਖਾ ਪੀ ਕੇ ਤੁਹਾਨੂੰ ਪਤਾ, ਜੇ ਫੈਲਰਨਾ ਵੀ ਆ, ਠਾਹ ਨੂੰ ਵੀ ਹੋਣਾ ਵੇਖੋ, ਢਿੱਲਾਂ ਢੁੱਲਾਂ, ਬਹੁਤ ਵੱਛੀ ਪਿਆਰੀ ਜੇ ਵੇਖੋ, ਸੀਲ ਸਲੱਗ ਬੜੀ ਕਰਮਾਂ ਵਾਲੀ।
ਪਿਆਰੀ ਵੜੀ ਜੀ ਉਸ ਤਰ੍ਹਾਂ ਵੈਸੇ ਜੇ ਕਹੇ ਵੀਰ ਭਰਾ ਨੇ ਚਲੋ ਨਵੀਂ ਵੱਛੀ ਆ ਹਾਂਜੀ ਤੇ ਅੱਗੇ ਵਧਦੇ ਬੰਦੀ ਆ ਤੇ 42,000 ਦੀ ਹਾਂ ਚੌਂ ਨੁਕਰਾਂ ਤੇ ਲੱਗਾ ਜੀ ਹਾਂਜੀ ਹਾਂਜੀ ਅਜੇ ਨੀਰਾ ਹੀ ਆਉਂਦਾ ਕਈ ਵੀਰ ਚਲੋ ਥਣਾ ਥੁਣਾ ਦੀ ਸੰਧੂ ਸਾਹਿਬ ਫੁੱਲ ਗਰੰਟੀ ਹੋਊਗੀ ਹਾਂਜੀ ਹਾਂਜੀ ਚੌਂ ਥਣਾ ਦੀ ਜੇ ਕਹੇ ਵੀਰ ਭਰਾ ਨੇ ਚਲੋ ਉਸ ਤਰ੍ਹਾਂ ਆਨਲਾਈਨ ਵੀ ਮੰਗਾਉਣੀ ਆ ਹਾਂਜੀ ਹਾਂਜੀ ਠੀਕ ਆ ਦੂਜਾ ਸੂਆ ਹਾਂਜੀ ਹਾਂਜੀ 5-4 ਦਿਨ ਲੈ ਜੂਗੀ ਠੀਕ ਆ ਹਾਂਜੀ ਥਣ ਪੂਰਾ ਮੁੱਠੀ ਆ ਦੋਸਤੋ ਦੂਜਾ ਸੂਆ ਸੁਣਦੀ ਆ 5-4 ਕੁ ਦਿਨ ਸਮਾਂ ਲੈ ਜੂਗੀ ਹਾਂਜੀ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਮੀਡੀਅਮ ਹਾਈਟ ਇੱਕ ਰੰਗ ਬਿਲਕੁਲ ਬਲੈਕ ਹਾਂਜੀ ਠੀਕ ਆ ਐਨੂੰ ਤੋੜ ਲੈ ਛੋਟੇ ਐਨੂੰ ਲੈ ਜਾ ਮੈਂ ਲੈ ਜਾ ਦੇਖੋ ਜੀ ਠੀਕ ਆ ਸੋ ਬਿਲਕੁਲ ਹੱਥੀ ਚਵਾਈ ਦਾ ਥਾਣਾ ਹਾਈਟ ਮੀਡੀਅਮ ਦੇ ਵਿੱਚ ਆ ਸੂਆ ਦੂਜਾ ਠੀਕ ਆ ਅਤੇ ਥਣ ਥੁਣ ਪੂਰਾ ਕੁਆਲਿਟੀ ਵਾਲਾ ਬਿਲਕੁਲ ਚੌਂ ਚੌਂ ਇੰਚਾਂ 'ਤੇ ਜਿਹੜਾ ਥਣ ਠੀਕ ਆ ਜੀ ਬਾਕੀ ਠੰਡੀ ਧੀਰੀ ਆ ਪੂਰੀ ਸ਼ਰੀਫੀ ਸ਼ਰੂਫੀ ਪੂਰੀ ਆ ਵੇਖੋ ਇਦਾਂ ਹੀ ਬਹਿ ਜਾਓ ਭਾਵੇਂ ਥੱਲੇ ਭਾਵੇਂ ਉਧਰ ਬਹਿ ਜਾਓ ਭਾਵੇਂ ਜਿੱਧਰ ਮਰਜ਼ੀ ਬਹਿ ਜਾਓ ਕੋਈ ਗੱਲ ਨਹੀਂ ਗੀ ਹਾਂਜੀ ਲੋ ਵੀ ਹਾਂਜੀ ਸੀਲ ਸਲੱਗ ਪੂਰੀ ਸੀਲ ਸਲੱਗ ਪੂਰੀ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਹਾਈਟ ਮੀਡੀਅਮ ਦੇ ਵਿੱਚ ਨਾਲ ਨਾਲ ਦੱਸੀ ਜਾਵਾਂਗੇ ਕੱਦਕਾਰ ਦੋਸਤੋ ਹਾਂਜੀ ਹਾਂਜੀ ਅੱਗੇ ਬਿਲਕੁਲ ਕਿਸੇ ਵੀਰ ਨੇ ਖਰੀਦਣਾ ਕਿਸੇ ਮਨ ਦੇ ਕੋਈ ਸ਼ੰਕਾ ਨਾ ਹਾਂਜੀ ਹਾਂਜੀ ਤੇ ਅੱਛਾ ਵੀਰ ਝੰਡਾ ਸਿਆ ਬਾਕੀ ਨੀਰਾ ਨੂਰਾ ਤਿੱਪੜ ਇੱਕ ਨੰਬਰ ਵਧੀਆ ਵੀਰ ਜੀ ਐ ਨਾ ਕੋਈ ਵੀ ਜਿਹੜਾ ਆਪਾਂ ਪਹਿਲਾਂ ਦੱਸ ਦਈਦਾ ਤੁਹਾਨੂੰ ਪਤਾ ਕੋਈ ਵੀ ਹੋਵੇ ਨਾ ਮੰਨ ਲਓ ਚੌਂ ਥਿਆਂ ਦਾ ਨੀਰਾ ਪੂਰਾ ਵਧੀਆ ਅਜੇ ਸਹਿ ਤਾਂ ਹੁੰਦੇ ਆ ਜੀ ਹਾਂਜੀ 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 ਬਾਕੀ ਚਲੋ ਇਹ ਆ ਵੀ ਸੀਲ ਸਲੱਗ ਚਲੋ ਉਹ ਦੂਜੀ ਵੱਛੀ ਨੂੰ ਵੱਛੀ ਲੰਮੀ ਵੱਡੀ ਆ ਚਲੋ ਉਹ ਚਲੋ ਤੁਹਾਨੂੰ ਪਤਾ ਉਹਦੀ ਹੋਰ ਚੀਜ਼ ਆ ਇਹ ਤੁਹਾਨੂੰ ਪਤਾ ਵੱਛੀ ਹੋਰ ਵੀ ਬਿਲਕੁਲ ਜੀ ਬਿਲਕੁਲ ਚਲੋ ਜਿੰਨੀਆਂ ਨਿਗਰਾਂ ਪੂਰੀਆਂ ਹਾਂਜੀ ਹਾਂਜੀ ਚਲੋ ਸਮੀਆਂ ਸੁਮੀਆਂ ਜਿੰਨੀਆਂ ਚੰਗੀਆਂ ਨੇ ਹਾਂਜੀ ਤੇ ਇਹਦਾ ਕੀ ਲੈਣ ਦੇਣ ਆਪਾਂ ਕਰਦੇ ਆ ਸੰਧੂ ਸਾਹਿਬ ਇਹ ਨਾ ਮੰਨ ਲਓ ਨਿਗਾ ਜੇ ਆਪਾਂ ਕਰ ਲਈਏ ਇਹ ਵੈਰ ਮੰਨ ਲਓ ਮੁੱਲ 46,000 ਤੇ 44,000 ਦੀ ਦੇ ਦਈਏ ਵੈਰ ਛੋਟੇ ਛੋਟੇ ਰੇਟ ਹੀ ਰੱਖਣੇ ਆਪਾਂ ਜ਼ਿਆਦਾ ਹਾਂਜੀ ਨਹੀਂ ਜ਼ਿਆਦਾ ਨਹੀਂ ਮੰਨ ਲਓ ਵੇਚਣ ਵਾਲੇ ਰੱਖਣੇ ਸੰਧੂ ਸਾਹਿਬ ਬਿਲਕੁਲ ਕੋਈ ਭਾਣ ਭਰਾ ਛੋਟੇ ਵੀਰ ਵੀ ਜਿਹੜੇ ਫਾਰਮਰ ਵੀਰ ਉਹ ਵੀ ਹੱਥ ਪਾ ਲੈਣ ਹਾਂਜੀ ਹਾਂਜੀ ਕਿਸੇ ਲਈ ਦਿੱਕਤ ਨਾ ਹੋਵੇ ਵੀ ਜ਼ਿਆਦਾ ਮਹਿੰਗਾ ਪਸੂ ਨਾਲ ਲੱਗੇ ਕਿਸੇ ਕਿਉਂ ਦੂਰ ਨੇੜੇ ਵੀਰ ਭਰਾ ਨੇ ਖੜਨਾ ਤਾਂ ਫਿਰ ਪਤਾ ਕਿਰਾਏ ਕਰੂ ਇਹਦਾ ਵੀ ਅਗਲੇ ਨੂੰ ਦੁੱਖ ਜਿਹਾ ਨਾ ਆਵੇ ਬਸ ਹਾਂਜੀ ਬਸ ਹਾਂਜੀ ਹਾਂਜੀ ਲਓ ਵੀ ਦੋਸਤੋ ਇਹਦਾ ਵੀ ਰੇਟ ਭਾਅ ਫੜਦਾ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਤਾ ਅੱਗੇ ਜਿਹੜੇ ਵੀਰ ਨੂੰ ਫੱਬੂਗਾ ਸੌਦਾ ਜਚੂਗਾ ਤੁਸੀਂ ਸੌਦਾ ਕਰ ਲਿਓ ਵੱਛੀਆਂ ਚੰਗੀਆਂ ਨਵੀਆਂ ਵੱਛੀਆਂ ਬਾਲੀਆਂ ਉੱਚੇ ਸੂਬਿਆਂ ਦੇ ਵਿੱਚ ਨਹੀਂ ਪਹਿਲਣਾ ਦੂਜਣਾ ਹਾਂਜੀ ਹਾਂਜੀ ਠੀਕ ਆ ਤੇ ਆਹ ਵੈੜ ਵੀਰ ਝੰਡਾ ਸਿੰਘ ਆ ਗਈ ਡੱਬੀ ਹਾਂਜੀ ਇਹ ਡੱਬੀ ਆ ਗਈ ਜੀ ਇਹ ਵੀ ਚਲੋ ਇਹ ਆ ਵੀ ਵੀਰ ਵੈੜ ਇਹ ਵੀ ਸੀਲ ਸਲਾਗਾ ਕੋਈ ਗੱਲ ਨਹੀਂ ਆ ਅੱਛਾ ਹਾਂਜੀ ਹਾਂਜੀ ਇਹ ਵੀ ਦੂਜਾ ਸੂਆ ਵੀਰ ਜੀ ਇਹ ਵੀ ਦੂਜਾ ਨੇ ਹਾਂਜੀ ਹਾਂਜੀ ਆਹ ਵੇਖੋ ਇਹ ਵੀ ਐ ਪੂਰੀ ਸੀਲ ਸਲਾਗਾ ਬਹੁਤ ਬੰਦੇ ਵਧੀਆ ਜਿਨ੍ਹਾਂ ਕੋਲ ਨਾ ਮੰਨ ਲਓ ਲਿਆਂਦੀ ਤੇ ਮੈਂ ਪੈਸੇ ਕਦੋਂ ਦਈਏ ਕੋਈ ਨੀ ਵੇਚ ਕੇ ਦੇ ਦਿਓ ਬੰਦੇ ਜਾਣ ਪਛਾਣ ਤੇ ਬੜੀ ਉਹਨਾਂ ਵਿਚਾਰਿਆਂ ਨੇ ਵੈਸੇ ਮੁੜ ਕੇ ਨਾ ਚਲੋ ਬੇਲੋੜਾ ਬੰਦਾ ਹੁੰਦਾ ਹੁੰਦਾ 4 ਦਿਨ ਰੋਕ ਕੇ ਦੇ ਦੇ ਹਾਂਜੀ ਇਹਦਾ ਕੋਈ ਨੀ ਜੇ ਤੁਹਾਨੂੰ ਬਾਜੂ ਕੁਛ ਤੇ ਦੇ ਦਿਓ ਤੇ ਨਹੀਂ ਤੇ ਕੋਈ ਨੀ ਹੈ ਹੋਵੇ ਤੇ ਬਿਲਕੁਲ ਹੋਊਗੀ ਦੂਜਾ ਸੂਬਾ ਠੀਕ ਆ
ਤੇ ਥਾਣ ਥੋਣ ਵੀ ਪੂਰਾ ਕਰ ਦੋ ਸੰਧੂ ਸਾਹਿਬ ਗਰੰਟੀ ਦੇ ਨਾਲ ਆ ਦੂਜਾ ਸੂਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਥਾਣ ਥੋਣ ਵੀ ਪੂਰਾ ਜਿਹੜਾ ਦੋਸਤੋ ਬਣਾ ਆਊਗੀ ਠੀਕ ਹੈ ਜੀ ਜਿੰਨੀ ਕੁ ਚਵਾਈ ਆਪਾਂ ਕਰਨੀ ਆ ਠੀਕ ਆ ਰੁੱਗ ਵਗੈਰਾ ਨੋਰਮਲੀ ਇੱਕ ਆਪਾਂ ਉੱਪਰੋਂ ਵੀ ਭਰ ਲੈਂਦੇ ਹਾਂ ਵਿਹੜਾਂ ਦਾ ਅਤੇ ਹੱਥੀ ਚਵਾਈ ਜਿਹੜੀ ਪਸ਼ੂ ਕਰਾ ਜਾਂਦੇ ਆ ਠੀਕ ਆ ਹਾਂਜੀ ਅਤੇ ਆਹ ਜਿਹੜੀ ਆਰਡਰ ਦੀ ਕੁਆਲਿਟੀ ਆ ਦਿਨ ਕੋਈ ਘੱਟੋ ਘੱਟ ਮੇਰਾ ਵੀਰ ਕੋਈ 8-10-12 ਦਿਨ ਮੰਨ ਕੇ ਸੌਦਾ ਤੁਸੀਂ ਕਰ ਲਿਓ ਠੀਕ ਆ ਖਰਾਬ ਹੋ ਗਏ ਸੀ ਤੇ ਉਹਦਾ ਕਰਕੇ ਨਾ ਪੱਠੇ ਪੁੱਠੇ ਨੀ ਹੈਗੇ ਚਲੋ ਫਿਰ ਵੀ ਉਹ ਵਿਚਾਰਾ ਆਂਦਾ ਮੈਂ ਵੱਟਾਂ ਮੰਨ ਲਓ ਵੀ ਵੱਢ ਵੁੱਢ ਕੇ ਤੇ ਆਂਦਾ ਮੈਨੂੰ ਇਹਨੂੰ ਨੀ ਕਰਮਾਲੀ ਨੂੰ ਭੁੱਕੀ ਰਹਿਣ ਤਾ ਤੇ ਬਾਕੀ ਇਹ ਆ ਵੀ ਖੜੂਗੀ ਇਹ ਕਰਮਾਲੀ ਬਾਕੀ ਚਲੋ ਕਹੇ ਵੀਰ ਭਰਾ ਨੇ ਸਾਂਭਣੀ ਆ ਨਾ ਤੇ ਉਹਨੂੰ ਤੁਹਾਨੂੰ ਪਤਾ ਕੋਈ ਦਿੱਕਤ ਨਾ ਆਵੇ ਹਾਂਜੀ ਹਾਂਜੀ ਬਾਕੀ ਸੀਲ ਸਲੱਗ ਜੇ ਕਰਮ ਵਾਲੀ ਤੇ ਬਾਕੀ ਚਲੋ ਇਹ ਆ ਵੀ ਜੇ ਕੋਈ ਤੁਹਾਨੂੰ ਪਤਾ ਕੁਛ ਚੰਗੀ ਸੇਵਾ ਕਰ ਲੂ ਦੁੱਧ ਚਲੋ 15-16 ਲੀਟਰ ਚ ਵਾਹੂਗੀ ਕਰਮ ਵਾਲੀ ਹਾਂਜੀ 43,000 ਦੀ ਹਾਂਜੀ ਹਾਂਜੀ 43,000 ਲਓ ਜੀ 43,000 ਦੀ ਤੁਹਾਨੂੰ ਇਹ ਵੱਛੀ ਮਿਲ ਜੂਗੀ ਤੀਜੇ ਨੰਬਰ ਤੇ ਆ ਸੋ ਤਿੰਨ ਵਹਿੜਾਂ ਜਿਹੜੀਆਂ ਅੱਜ ਮੌਜੂਦ ਨੇ ਬਿਲਕੁਲ ਕੱਪਣ ਨੇ ਠੀਕ ਆ ਤੇ ਤਿਆਰੀ ਤੇ ਆ ਕੋਈ 10-10-15-12-12 ਦਿਨਾਂ ਦੇ ਅੰਦਰ ਅੰਦਰ ਸੂ ਪੈਣਗੀਆਂ ਤਿੰਨੇ ਵਿਹੜਾ ਕੋਈ ਵੀਰ ਜੋੜੀ ਪਾਉਣਾ ਚਾਹੁੰਦਾ ਜੋੜੀ ਦਾ ਸੌਦਾ ਮਾਰ ਲਿਓ ਠੀਕ ਆ ਜਿੱਦਾਂ ਵੀ ਸੂਤ ਲੱਗਦਾ ਖਰੀਦਦਾਰ ਵੀਰ ਦਾ ਉਦਾਂ ਤੁਸੀਂ ਸੂਤ ਪਾ ਲਿਓ ਤੇ ਬਾਕੀ ਤੁਹਾਡੇ ਸਾਹਮਣੇ ਆ ਕੋਈ ਤਾਂ ਬੈਡ ਬਿਲਕੁਲ ਹਫ਼ਤੇ ਖੰਡ ਤੱਕ ਸੂਪੂਗੀ ਕੋਈ 8-10-12 ਦਿਨਾਂ ਦੀ ਤਿਆਰੀ ਤੇ ਹੋਊਗੀ ਇਹ ਵਿਹੜਾ ਸੀ ਆਪਣੇ ਕੋਲ ਹਾਂਜੀ ਵੀਰ ਜੀ ਇਹ ਤਿੰਨ ਵਿਹੜਾ ਸੀ ਆ ਮੱਝਾਂ ਕਿਹੜੇ ਬੰਨੇ ਕਰਦੇ ਆ ਮੱਝਾਂ ਜੋ ਆ ਇੱਕ ਹੈਗੀ ਇੱਧਰ ਇੱਧਰਲੇ ਪਾਸੇ ਹਾਂਜੀ ਠੀਕ ਆ ਅੱਛਾ ਵੀਰ ਝੰਡਾ ਸਿਆ ਇਹਦੀ ਕੀ ਡਿਟੇਲ ਆ ਮੱਝ ਦੀ ਇਹ ਵੀਰ ਜੀ ਤੀਜਾ ਸੂਆ ਮੱਝ ਸੂਈ ਆ ਤੀਜਾ ਹਾਂਜੀ ਤੀਜਾ ਸੂਆ ਬਾਕੀ ਚਲੋ ਆਪਾਂ ਘਰੋਂ ਲਈ ਆਉਂਦੇ ਸਾਡੇ ਘਰ ਦੀ ਝੋਟੀ ਆ ਤੇ ਸੂਈ ਨੂੰ ਇਹਨੂੰ ਅੱਜ ਹੋ ਗਏ ਹੋਣਗੇ ਮੰਨ ਲਓ ਵੀ 10-12 ਦਿਨ ਕੋਈ ਵੀਰ 15 ਵੀ ਮੰਨ ਲੇ ਕੱਟੀ ਆ ਜੀ ਸੰਧੂ ਸਾਹਿਬ ਬਹੁਤ ਸੋਹਣੀ ਆ ਕੱਟੀ ਮਗਰ ਹਾਂਜੀ ਹਾਂ ਦਿਨ ਕਿੰਨੇ ਹੋ ਗਏ ਸੂਈ ਨੂੰ ਤੇ ਦਿਨ ਇਹਨੂੰ ਅੱਜ 12-13 ਦਿਨ ਹੋ ਗਏ ਵੀਰ ਜੀ 12-13 ਦਿਨ ਹਾਂਜੀ ਠੀਕ ਆ ਜੀ ਤੇ ਹਾਂਜੀ ਉਹਨਾਂ ਦੇ ਸਾਡੇ ਘਰ ਦੀ ਝੋਟੀ ਤੀਜਾ ਸੂਆ ਸੂਈ ਆ ਬਾਕੀ ਚਲੋ ਆਪਾਂ ਕੋਈ ਵੀਰ ਆਪਾਂ ਜਿੱਦੇ ਨਹੀਂ ਹੁੰਦੇ ਤੁਹਾਨੂੰ ਪਤਾ ਸੰਧੂ ਸਾਹਿਬ ਅੱਗੇ ਵੀ ਆਪਾਂ ਇਹੋ ਗੱਲ ਆਨੇ ਵੇਖੋ ਫੇਸ ਕੁਆਲਿਟੀ ਇੱਕ ਰੰਗ ਕਾਲੀ ਜਿਹੜੀ ਕਿਸੇ ਨੂੰ ਸਮਝ ਲੱਗਦੀ ਆ ਹਾਂਜੀ ਜਿੱਦਾਂ ਕੋਈ ਸਮਝ ਲਿਆ ਆਪਣੇ ਦੇ ਵਿੱਚ ਤਾਂ ਵੇਖੋ ਜੀ ਤੀਜਾ ਮੰਨ ਲੈ ਦੂਜਾ ਮੰਨ ਲੈ ਚੌਥਾ ਮੰਨ ਲੈ ਹਾਂਜੀ ਪਰ ਆਹ ਮਾਝਾ ਦੋਸਤੋ ਦਿਨ ਕਿੰਨੇ ਤਿੰਨਾਂ ਚਾਹੁੰਦੇ ਨਾਲ ਦੀ ਹਾਂ ਨਹੀਂ ਇਹਨੂੰ ਹੋ ਗਏ ਸੰਧੂ ਸਾਹਿਬ ਜੀ 10-12 ਦਿਨ ਸੂਈ 10-12 ਹਾਂਜੀ ਕੱਟੀ ਮਗਰ ਆ ਉਹ ਵਿਖਾ ਦਿਓ ਲਓ ਜੀ ਹਾਂਜੀ ਉਹ ਸਾਹਮਣੇ ਕੱਟੀ ਬੱਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਨਿੱਕੇ ਬਾਹਰ ਹੀ ਕੱਢ ਦੋ ਮਾਝੇ ਨੂੰ ਵੀ ਹਾਂਜੀ ਬਾਹਰ ਕੱਢ ਲੈ ਪੁੱਤ ਕੱਟੀ ਲੱਗ ਗਈ ਲੈ ਆ ਆਹ ਮਗਰ ਕੱਟੀ ਹੈ ਜੀ ਕੋਈ ਨੀ ਗੱਲ ਕਰ ਲਾ ਕੋਈ ਨੀ ਫਿਰਕੀ ਥੱਲੇ ਤਿਆਰ ਬਿਲਕੁਲ ਭਾਵੇਂ ਵੀਰ ਕੋਈ ਦੋ ਡੰਗ ਆਪਦੀ ਚੋ ਕੇ ਜਿੱਦਾਂ ਮਰਜ਼ੀ ਤਸੱਲੀ ਕਰ ਲੇ ਬਾਕੀ ਉਹਨੇ ਮਗਰ ਕੱਟੀ ਆ 14 ਲੀਟਰ ਉਹਨਾਂ ਆਖਿਆ ਵਾ ਵੀ ਅਸੀਂ ਚੋਇਆ ਵਾ ਪਿਛਲੇ ਸੂਏ ਦੇ ਠੀਕ ਆ ਬਖਾਲਾ ਨਹੀਂ ਕੋਈ ਇਹਨਾਂ ਤੇ ਬਖਾਲਾ ਨਹੀਂ ਇਹਨੇ ਬਖਾਲਾ ਤੁਹਾਨੂੰ ਪਤਾ ਬਹੁਤ ਲੇਟ ਚੋਈ ਹੈ ਜੇ ਟਾਈਮ ਵੀ ਤੁਹਾਨੂੰ ਪਤਾ 4 ਵਜੇ ਹੋਣੇ ਆ ਹਾਂਜੀ ਬਾਕੀ ਇਹ ਆ ਵੀ ਚਲੋ ਥਾਣ ਵੇਖਣ ਨੂੰ ਥੋੜਾ ਜਿਹਾ ਭਾਰਾ ਲੱਗਦਾ ਵਾ ਹਾਂਜੀ ਪਰ ਬਾਕੀ ਧਾਰਾਂ ਬਰਾਬਰ ਜੇ ਪਸਮ ਦਾ ਵੀ ਬਰਾਬਰ ਜੇ ਠੀਕ ਹਾਂਜੀ ਹਾਂਜੀ ਆਹ ਕੱਟੀ ਜੇ ਠੀਕ ਆ ਹਾਂਜੀ ਲਓ ਜੀ ਤੇ
ਸੋ 11 ਕਿਲੋ ਦੋਸਤੋ ਵੀਰ ਝੰਡਾ ਕਹਿ ਰਿਹਾ ਵੀ 2 ਡੰਗ ਦਾ ਦੁੱਧ ਆਇੰਦਾ ਹਾਂਜੀ ਤੇ ਬਾਕੀ ਕੋਈ ਆਵੇ ਆਪਦੀ ਤਸੱਲੀ ਕਰ ਲਿਓ ਠੀਕ ਆ ਜੀ ਆਹ ਮਗਰ ਕੱਟੀ ਆ ਫੀਮੇਲ ਕਾਫ ਆ ਪੂਰੀ ਨਿੱਗਰ ਵੇਖੋ ਕੱਟੀ ਤਾਂ ਦੱਸਾਂ ਲਿਆ ਮਹੀਨੇ ਦੀ ਲੱਗਦੀ ਹਾਂ ਨਹੀਂ ਚੰਗੀ ਪਲੀ ਦੁੱਧ ਦਾ ਤਾਂ ਬੜਾ ਸਾਰ ਦੇ ਰਹੇ ਹੋ ਚੰਗੀ ਸੇਵਾ ਮੈਂ ਥੱਲੇ ਦੁੱਧ ਵੀ ਤੁਹਾਨੂੰ ਪਤਾ ਚੰਗਾ ਸੀ ਤੇ ਦੁੱਧ ਹਾਂਜੀ ਕੱਟੀ ਬਹੁਤ ਰੀਜਨ ਆ ਕਿ ਵੀਰ ਸੰਭਲੂਗਾ ਮਗਰ ਹਾਂਜੀ ਹਾਂਜੀ ਤੇ ਝੰਡਾ ਵੀਰ ਕਿੰਨਾ ਕੁ ਮੁੱਲ ਕਰਦੇ ਕੀ ਲੈਣ ਦਾ ਰਹੂਗਾ ਇਸ ਚ ਵੀਰ ਜੀ ਮੁੱਲ ਨਾ ਤੁਹਾਨੂੰ ਪਤਾ ਵਾ ਵੀ ਭਾਵੇਂ ਲੱਖ ਵੀ ਕਰ ਲਈਏ ਪੰਜ ਵੀ ਕਰ ਲਈਏ ਜਾਇਜ਼ ਆ ਵੀਰ ਜੀ 85,000 ਦੀ ਦੇ ਦਈਏ ਮੱਝ ਹੋਰ ਸਹੀ ਸਹੀ ਨਾ ਕਰ ਲਈਏ ਕਰ ਲਓ ਤੁਸੀਂ ਦੱਸ ਦਿਓ ਕੋਈ ਨਹੀਂ ਅੱਜ ਤੁਸੀਂ ਦੱਸ ਦਿਓ ਮੈਂ ਤਾਂ ਨਾ ਥੱਲੇ ਕਰੀਏ ਵਾਹਵਾ ਜ਼ਿਆਦਾ ਕਿੰਨਾ ਕੁ ਦੱਸੋ ਤੁਸੀਂ ਦੱਸ ਦਿਓ ਕੋਈ ਨਹੀਂ ਜੋ ਤੁਸੀਂ ਕਹਿ ਦੋਗੇ ਜੋ ਤੁਹਾਨੂੰ ਲੱਗਦਾ ਜੇ ਦੁੱਧ ਪੂਰਾ ਸਹੀ ਹੈ 11 ਕਿਲੋ ਹਾਂ ਫਿਰ ਸਹੀ ਹੋਊਗਾ ਸੰਧੂ ਸਾਹਿਬ ਅੱਛਾ ਹਾਂ ਕੋਈ ਮੈਂ ਨਾ 75 ਦੀ ਹੈ ਚਲੋ ਵੇਖ ਲਓ ਉਸ ਤਰ੍ਹਾਂ ਵੈਸੇ ਮੈਂ ਤੇ ਮੈਂ ਬਾਹਰ ਰੱਸੀਓ ਆਉਂਦਾ ਹਾਂ ਵੇਚਣੀ ਆ ਤੇ ਚਲੋ ਜਿੱਦਾਂ ਤੁਸੀਂ ਆਉਂਦੇ ਕੋਈ ਨਹੀਂ ਜਾਓ ਤੁਹਾਡੀ ਮੰਨਣੀ ਅੱਜ ਹਾਂ ਕੋਈ ਨਹੀਂ ਭਾਵੇਂ ਉਹ ਵੇਚੋ ਮੰਨ ਲਓ ਘਾਟਾ ਭਾਵੇਂ ਵਾਧਾ ਜੋ ਵੱਡੇ ਵੀਰ ਨੇ ਆਖਤਾ ਜੋ ਚੰਗਾ ਲੱਗਾ ਹਾਂ ਇਹ ਕਿਹੜੀ ਗੱਲ ਲਓ ਵੀ ਹਾਂਜੀ ਸੋ ਦੋਸਤੋ ਇਹ ਮਾਝਾ 11 ਕਿਲੋ ਦੁੱਧ ਦੇ ਥੱਲੇ ਆ ਹਾਂਜੀ ਤੋ ਕੋਈ ਵੀਰ ਆਪਦੀ ਚੋਲੇ ਤਸੱਲੀ ਕਰ ਲੈ ਠੀਕ ਆ ਹਾਂਜੀ ਆ ਜਾਓ ਜੀ ਹਾਂਜੀ ਇੱਧਰ ਆਪਣੇ ਕੋਲ ਕਿਹੜੇ ਪਾਸੇ ਆਹ ਪਸ਼ੂ ਆ ਗਏ ਜੀ ਹਾਂਜੀ ਆਹ ਆ ਗਏ ਵੀਰ ਜੀ ਲਓ ਜੀ ਇਹ ਪਾਰ ਜਿਹੜੀਆਂ ਦੋਸਤੋ ਇੱਕ ਪਾਸੇ 4 ਮਝਾਂ ਨੇ ਹਾਂਜੀ ਇਹਨਾਂ ਦੀ ਵੀ ਆਪਾਂ ਡਿਟੇਲ ਸਾਂਝੀ ਕਰ ਦਿੰਦੇ ਆ ਆਹ ਆ ਗਈ ਆਪਣੇ ਕੋਲ ਨਗੀਨਾ ਹਾਂਜੀ ਇਹਦੀ ਝੰਡੇ ਵੀਰ ਕੀ ਡਿਟੇਲ ਆ ਇਹ ਵੀਰ ਜੀ ਇਹਨੇ ਤੀਜਾ ਸੂਆ ਹੀ ਗਰੰਟੀ ਨਾਲ ਸੂਣਾ ਜੇ ਤੀਜਾ ਹਾਂਜੀ ਆਪਣੇ ਘਰੋਂ ਮੰਨ ਲਓ ਮੱਝ ਆਈ ਆ ਰਿਸ਼ਤੇਦਾਰੀ ਚ ਅੱਛਾ ਠੀਕ ਆ ਜੀ ਮੇਰੇ ਮੰਨ ਲਓ ਇਹ ਆ ਵੀ ਆਪਣੇ ਘਰੋਂ ਬਿਲਕੁਲ ਘਰੋਂ ਲਾ ਲਓ ਵੀ ਮੇਰੇ ਮੰਨ ਲਓ ਭੂਆ ਦੇ ਜਠੀਆਂ ਕੋਲੋਂ ਮੈਂ ਆਈ ਆ ਝੋਟੀ ਉਹਨਾਂ ਦੇ ਘਰ ਦੀ ਪਾਲੀ ਆ ਝੋਟੀ ਤੀਜਾ ਸੂਆ ਗਰੰਟੀ ਨਾਲ ਸੂਣਾ ਵਾ ਓਕੇ ਹਾਂਜੀ ਹਾਂਜੀ ਉਹ ਮੈਨੂੰ ਆਂਦੇ ਵੀ ਮੰਨ ਲਾ ਤੂੰ ਵੀਡੀਓ ਵਾੜੀਓ ਪਾਉਣਾ ਤੇ ਆ ਤੈਨੂੰ ਨਗੀਨਾ ਆ ਤਿੰਨ ਦਿਨ ਸੰਧੂ ਸਾਹਿਬ ਉਡੀਕਦੇ ਰਹੇ ਵਿਚਾਰੇ ਮੈਨੂੰ ਹੈ ਤਿਆਰੀ ਤੇ ਪੂਰੀ ਹੈ ਹਾਂਜੀ ਤਿਆਰੀ ਸੂਪ ਹੋ ਗਈ ਸੰਧੂ ਸਾਹਿਬ ਹੁਣ ਸੂਣਦਾ ਹੀ ਆ ਮੈਂ ਲਓ ਜੀ ਹਾਂਜੀ ਹਾਂਜੀ ਸੋ ਤਿਆਰੀ ਹੈ ਦੋਸਤੋ ਇਸ ਮੱਝ ਦੀ ਪ੍ਰੋਪਰ ਤਿਆਰੀ ਆ ਬਾਕੀ ਆਰਡਰ ਵਾਲੇ ਪਾਸੇ ਤੁਸੀਂ ਇਹ ਦੇਖੋ ਪੂਰੀ ਤਿਆਰੀ ਹੈ ਠੀਕ ਹੈ ਜੀ ਕੋਈ ਅੱਜ ਭਲਕ ਸਵੇਰ ਸ਼ਾਮ ਰਾਤ ਦਿਨ ਜਦੋਂ ਮਰਜ਼ੀ ਸੂ ਸਕਦੀ ਆ ਹੈ ਤਿਆਰੀ ਆ ਠੀਕ ਆ ਜੀ ਪੁੱਛੋ ਲੰਡੀ ਬੇਸ਼ੱਕ ਹੈਗੀ ਆ ਪਰ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਤੇ ਆਹ ਦੇਖੋ ਜੀ ਬਾਕੀ ਉਹਨਾਂ ਫੁੱਲ ਗਰੰਟੀ ਸੰਧੂ ਸਾਹਿਬ ਦਿੱਤੀ ਉਹਨਾਂ ਵੀ 14 ਲੀਟਰ ਦੁੱਧ ਮੈਂ ਨਾ ਦੇਵੇ ਤੇ ਸਾਡੇ ਕੋਲ ਬੰਨ ਜੀ ਠੀਕ ਆ ਜੀ ਤੇ ਪੂਰੀ ਤਸੱਲੀ ਤੇ ਹਾਂਜੀ ਹਾਂਜੀ ਪੂਰੀ ਤਸੱਲੀ ਤੇ ਮੰਨ ਲਓ ਆ ਵੀ ਤੀਜਾ ਸੂਏ ਤੋਂ ਵੱਧ ਚੌਥਾ ਸੂਆ ਵੀ ਹੋਵੇ ਤੇ ਤਾਂ ਵੀ ਸਾਡੇ ਕੋਲ ਇੱਥੇ ਬੰਨ ਜੀ ਠੀਕ ਆ ਜੀ ਠੀਕ ਆ ਜੀ ਗੱਲ ਲਓ ਜੀ ਹਾਂਜੀ ਇਹ ਮਾਝਾ ਦੋਸਤੋ ਤੀਜਾ ਸੂਆ ਅੱਗੇ ਕੋਈ ਵੀਰਾਂ ਦਾ ਮੰਨ ਕੇ ਲੈ ਜੇ ਠੀਕ ਆ ਤਸੱਲੀ ਕਰ ਲੈ ਦੇਂਦੀ ਵੀ ਲੰਮਾ ਸਮਾਂ ਦੁੱਧ ਜੀ ਆਪਣੇ ਤਾਏ ਦੇ ਪੁੱਤਾਂ ਤੋਂ ਦਵਾਈ ਵੀ ਲੈ ਅੱਛਾ ਲੰਮਾ ਸਮਾਂ ਉਹਦੇ ਆਪ ਛੱਡੀ 2 ਮਹੀਨੇ ਤੇ ਉਹ ਵੀਰ ਹੋਣੀ ਵੀਡੀਓ ਵੇਂਦੇ ਹੋਣਗੇ ਬਿਲਕੁਲ ਇੱਕ ਪੈਸੇ ਦਾ ਝੂਠ ਨਹੀਂ ਬਿਲਕੁਲ ਸੱਚਾਈ ਸਾਰੀ ਗੱਲਾਂ ਲਓ ਵੀ ਦੋਸਤੋ ਪਸ਼ੂ ਦੀ ਇਹ ਵੀ ਜਿਹੜੀ ਗੁਣਤਾ ਹੀ ਹੁੰਦੀ ਹੈ ਚੰਗਿਆਈ ਆ ਪਸ਼ੂ ਦੀ ਵੀ ਬਿਲਕੁਲ ਜਿਹੜਾ ਅਗਲੇ ਸੂਵੇ ਲਈ ਪਸ਼ੂ ਤਿਆਰ ਹੋ ਜਾਂਦਾ ਤੇ ਬਿਲਕੁਲ ਇੱਕ ਦਿਨ ਪਹਿਲਾਂ ਭਾਵੇਂ ਛੱਡ ਲਓ ਉਹ ਗੱਲਬਾਤ ਆ ਹਾਂਜੀ ਤੇ ਆਹ ਮਾਝਾ ਦੋਸਤੋ ਪ੍ਰੋਪਰ ਤੁਸੀਂ ਮੂੰਹ ਮੱਥਾ ਦੇਖ ਲਓ ਫੇਸ ਕੁਆਲਿਟੀ ਪਰ ਬਣੀ ਥਣੀ ਕਰਮ ਵਾਲੀ ਚਲੋ ਜਿੰਨੀ ਪ੍ਰੋਪਰ ਪੂਰੀ ਤਿਆਰੀ ਤੇ ਆ ਇੱਕ ਵਾਰੀ ਥੋੜਾ ਜਿਹਾ ਹਲਾ ਕੇ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਜੀ ਆਹ ਦੇਖੋ ਆਹ ਦੇਖੋ ਥੱਲੇ ਠੀਕ ਆ ਤੇ ਤੇ ਪਰ ਤੋਂ ਪਣਾ ਪੋਲੀ ਹੈ ਬਿਲਕੁਲ ਵਧੀਆ ਵਧੀਆ ਵੀਰ ਜੀ ਐ ਬਿਲਕੁਲ ਪੋਲੀ ਹੋਊਗੀ ਹਾਂਜੀ ਕੋਈ ਚੱਕਰ ਨਹੀਂ ਉਹ ਛੂਪ ਹੈ ਨਾ ਵੈਡ ਮੰਨ ਲਓ ਗਾਂ ਨੇ ਹੁਣ ਤੇ ਮੱਝ ਨੇ ਮੈਨੂੰ ਲੱਗਦਾ ਵੀ ਆਪਣੇ ਵੀਡੀਓ ਪਾਉਂਦੇ ਕਰਮ ਵਾਲੀ ਸੂਪੂ ਹਾਂ ਸੂਪੂ ਕਿ ਸੰਭ ਸਭ ਸੁਣਦਾ ਹੀ ਆ ਹਾਂਜੀ ਅੱਛਾ ਝੰਡੇ ਵੀਰ ਕੀ ਲੈਣ ਦੇਣ ਫਿਰ ਕਰਦੇ ਆ ਸੰਧੂ ਸਾਹਿਬ ਇਹ ਨਾ ਮੰਨ ਲਓ ਇਹ ਆ ਵੀ ਜੇ ਤੇ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਬਾਕੀ ਚ ਕਿੱਦਾਂ ਵਾ ਮੈਂ ਤੇ ਚਲੋ ਮੈਂ ਤੇ 95,000 ਰੁਪਇਆ ਮੁੱਲ ਕਰਦਾ ਝੋਟੀ ਦਾ ਤੇ ਹਾਂ ਨਾ ਮੈਂ ਨਾ ਵੀ ਚਲੋ ਝੋਟੀ ਦੁੱਧ ਵਾਲੀ ਆ ਕਿਉਂ ਗਰੰਟੀ ਵਾਲੀ ਆ ਇਹਦੀ ਆਪਾਂ ਫੁੱਲ ਗਰੰਟੀ ਦੇਣੀ ਕਿਉਂ ਘਰੋਂ ਮੈਂ ਆਈ ਆ ਤੇ ਬਾਕੀ ਇਹ ਆ ਵੀ 85,000 ਦੀ ਝੋਟੀ ਦੇ ਦਈਏ 85 ਦੀ ਹਾਂਜੀ 85 ਦੀ ਦੇ ਦਈਏ ਹਾਂਜੀ ਸੂਪ ਹੀ ਭਾਵੇਂ 2 ਡੰਗ ਆਪਣੇ ਘਰੋਂ ਕੋਈ ਵੀਰ ਚੋ ਕੇ ਲੈ ਜੇ ਤਸੱਲੀ ਕਰਕੇ ਕੋਈ ਗੱਲ ਨਹੀਂ
ਠੀਕ ਹੈ ਜੀ। ਹਾਂਜੀ ਹਾਂਜੀ, ਫੁੱਲ ਬਾਕੀ ਪਿੱਛੇ ਭਾਰ ਦੀ ਫੁੱਲ ਗਰੰਟੀ ਹੋਊਗੀ ਸੰਧੂ ਸਾਹਿਬ ਆਪਣੀ। ਹਾਂਜੀ ਚਲੋ ਜੀ, 85,000 ਦੇ ਵਿੱਚੋਂ ਦੋਸਤੋ ਜੋ ਵੀ ਬਣਦਾ ਸੰਧਦਾ ਆ ਉਹ ਮਾਣ ਤਾਣ ਹੋ ਜੂਗਾ। ਆ ਕੇ ਘਰੇ ਆਪਦੀ ਵੇਖੋ, ਅੱਖੀ ਵੇਖੋ, ਪਸੰਦ ਆਊਗੀ ਚੀਜ਼ ਤੇ ਬੇਸ਼ੱਕ ਤੁਸੀਂ ਜਿੰਨੇ ਮਰਜ਼ੀ ਪੈਸੇ ਲਾ ਸਕਦੇ ਜੀ। ਮੁੱਲ ਜੋ ਮੰਗਿਆ ਵੀਰ ਨੇ 85,000 ਵਿੱਚ ਛੋਟ ਛੱਪਾ ਹੋ ਜੂਗਾ। ਹਾਂਜੀ ਹੋ ਜੂਗਾ। ਆ ਕੀ ਮੱਝ ਅਗਲੀ ਆਪਣੀ ਕੋਲ? ਅਗਲੀ ਆ ਗਈ ਜੀ। ਇਹ ਵੀ ਗੱਭਣੀ ਆ? ਹਾਂਜੀ ਇਹ ਵੀ ਗੱਭਣੀ ਆ। ਇਹ ਕਿਨਵੇਂ ਸੂਬੇ ਅੱਗੇ ਜਾਣ ਸੰਧੂ ਸਾਹਿਬ? ਉਹਨਾਂ ਦਾ ਇਹ ਵੀ ਚਲੋ ਸਾਡੇ ਘਰ ਦੀ ਆ ਮੱਝ, ਵੀ ਚੌਥਾ ਸੂਆ ਸੂਣਾ ਵਾ, ਬਾਕੀ ਕੋਈ ਵੀਰ ਭਾਵੇਂ ਸਾਡੇ ਵੱਲੋਂ ਪੰਜਵਾਂ ਕੋਈ ਆਪਣੀ ਆਪਾਂ ਨੇ ਵੀ ਆਪਦੀ ਪਰਖ ਕਰ ਲਓ, ਆਪਾਂ ਦੇ ਆਪਦੀ ਪਰਖ ਕਰਕੇ ਲਿਆਂਦੀ। ਚਲੋ ਸੂਬਿਆਂ ਦੇ ਵਿੱਚ ਤਾਂ ਹੈਗੀ ਆ। ਹਾਂਜੀ ਹਾਂਜੀ ਹਾਂਜੀ, ਬਾਕੀ ਜਿੱਦਾਂ ਮਰਜ਼ੀ ਗਿਣ ਲੈ। ਬਾਕੀ ਦੁੱਧ ਵਾਲੀ ਆ ਸੰਧੂ ਸਾਹਿਬ? ਇਹ ਵੀ ਮੱਝ ਜਿਹੜੀ ਗੱਭਣ ਆ, ਅਤੇ ਦਿਨ ਦੋਸਤੋ ਹੋ ਸਕਦਾ ਵੀ ਦੋ ਦਿਨ ਚਾਰ ਦਿਨ ਕੱਢ ਹੀ ਜਾਵੇ, ਠੀਕ ਆ। ਅਤੇ ਸੂਬਿਆਂ ਦੇ ਵਿੱਚ ਬੇਸ਼ੱਕ ਦੋਸਤੋ ਖੁੱਲ੍ਹਾ ਕੋਈ ਮੰਨ ਸਕਦਾ, ਚੌਥੇ ਮੰਨ ਲਏ, ਪੰਜਵਾਂ, ਹਰ ਇੱਕ ਦੀ ਆਪੋ ਆਪਣੀ ਸਮਝ ਆ, ਠੀਕ ਆ ਜੀ। ਜੋ ਕਿਹਾ ਜਾਂਦਾ ਚਲੋ ਵਪਾਰ ਦੀ ਲੈਣ ਆ, ਤੀਜਾ ਸੂਆ ਕਿਹਾ ਜਾਂਦਾ ਚੌਥਾ ਮੰਨ ਲਏ, ਚੌਥਾ ਕਿਹਾ ਜਾਂਦਾ ਪੰਜਵਾਂ ਕੋਈ ਵੀਰ ਮੰਨ ਲਏ, ਉਹ ਤੁਹਾਡੇ ਸਾਰਾ ਕੁਝ ਸਾਹਮਣੇ ਆ, ਠੀਕ ਆ ਜੀ। ਆਹ ਦੇਖੋ ਆਹ ਦੇਖੋ ਜੀ, ਇਹ ਪੱਕੇ ਪੁੱਕੇ ਤਾਂ ਸੰਧੂ ਸਾਹਿਬ ਰਹੀ ਆ, ਉਹਦਾ ਕਰਕੇ ਨਾ ਥੋੜਾ ਜਿਹਾ ਡੰਗਰ, ਚਲੋ ਇਹ ਆ ਵੀ ਇਹ ਆਪਣੇ ਕੋਲੇ ਸਵੇਰੇ ਹੀ ਆਈਆਂ ਵਾ, ਦੋ ਮਹੀਨਾ ਸਵੇਰੇ ਹੀ ਆਈਆਂ, ਇੱਕ ਆਹ ਦੋਵੇਂ ਜੋੜਾ ਹੀ ਆਇਆ ਸਵੇਰੇ। ਹਾਂਜੀ ਅੱਜ ਹੀ ਸਵੇਰੇ ਹੀ, ਠੀਕ ਆ। ਹਾਂਜੀ ਹਾਂਜੀ ਠੀਕ ਆ। ਬਾਕੀ ਖਾਣ ਪਤਲੇ ਪਿੰਡੇ ਦੇ ਵਿੱਚ ਬਾਕੀ ਸਰੀਰ ਢਾਂਚੇ ਦੀ ਵਧੀਆ, ਚਲੋ ਸਿੰਘ ਥੋੜਾ ਜਿਹਾ ਖੁੱਲਾ ਵਾ, ਉਹ ਚਲੋ ਇਹ ਆ ਵੀ ਨਹੀਂ, ਚਲੋ ਜਿਹੋ ਜਿਹੀ ਬਣਤਰ ਬਣ ਗਈ ਇਹਦੇ ਚ ਕਿਹੜਾ ਕੋਈ ਜਦਾਈ ਆ। ਹਾਂਜੀ ਹਾਂਜੀ ਸਾਰਾ ਕੁਝ ਸਾਹਮਣੇ ਆਪਣੇ। ਹਾਂਜੀ ਤੇ ਅੱਛਾ ਝੰਡਾ ਵੀਰ ਕਿੱਥੋਂ ਕਿਤਾ ਕਹਿੰਦਾ ਲੈਣ ਦੇਣ ਸੰਧੂ ਸਾਹਿਬ? ਮੁੱਲ ਇਹਦਾ ਆਪਾਂ 75,000 ਰੁਪਈਆ ਕਰ ਦਈਏ। ਅੱਛਾ ਜੀ ਹਾਂਜੀ, ਦੇ ਦਈਏ ਵੀ ਥੋੜਾ ਜਿਹਾ ਕਰ ਦਿਓ ਥੱਲੇ ਜਿੰਨਾ। ਦੱਸ ਦਿਓ ਤੁਸੀਂ, ਦੱਸ ਦਿਓ ਕੋਈ ਨਹੀਂ, ਇਹ ਭਰਾ ਤੋਂ ਪੁੱਛ ਲੈ, ਨਹੀਂ ਮੈਂ ਤਾਂ ਦੱਸ ਯਾਰ ਮੈਂ ਕਰ ਦਿੰਦਾ ਨਾ, ਤੁਸੀਂ ਦੱਸ ਦਿਓ 73 ਦੀ ਹੋ ਗਈ। ਹਾਂਜੀ ਹੁਣ ਤੁਸੀਂ ਕਰ ਦੱਸ ਦਿਓ, ਤੁਸੀਂ ਦੱਸ ਦਿਓ, ਉਤਲਾ ਜਾਣਦੇ ਫਿਰ ਸਾਰੇ। ਚਲੋ ਕੋਈ ਨਹੀਂ, ਜਿਸ ਤਰ੍ਹਾਂ ਦਿਓ ਭਰਾ ਮੇਰੇ ਨੇ ਆਸਤਾ, ਗੱਲ ਹੀ ਕੋਈ ਨਹੀਂ, 70 ਦੀ ਹੈ, ਚਲੋ 70 ਦੀ ਦੇ ਦਿਓ। ਹਾਂਜੀ ਹਾਂਜੀ ਬਣੀ ਤਾਂ ਨਹੀਂ, ਵਜਨ ਵਟਾ ਪੂਰਾ ਭਰਾਵੋ, ਕੋਈ ਦੂਰੋਂ ਨੇੜਿਓਂ ਆ ਰਿਹਾ ਵੀਰ ਤੇ ਵਜਨ ਲੋਡ ਪੂਰਾ ਮੱਝ ਦਾ। ਹਾਂਜੀ ਵਜਨ ਲੋਡ ਪੂਰਾ, ਕੋਈ ਏਡੀ ਵੀ ਲਿਸੀ ਫਿੱਕੀ ਨਹੀਂ, ਚਲੋ ਵਜਨ ਵਟਾ ਪੂਰਾ। ਹਾਂਜੀ ਅੱਗੇ ਜਿਹੜਾ ਵੀਰ ਬਿਲਕੁਲ ਚੰਗੀ ਸੇਵਾ ਕਰੂਗਾ, ਹਾਂਜੀ ਦੁੱਧ ਜ਼ਿਆਦਾ ਨਹੀਂ ਆਪਾਂ ਕਹਿੰਦੇ ਤੇ ਸੋਹਣਾ 10ੋਂ 12 ਤੁਸੀਂ ਜਿੰਨਾ ਮਰਜ਼ੀ ਚੋਲੋ। ਸਹੀ ਗੱਲ, ਸਹੀ ਗੱਲ ਦਊਗੀ ਜੀ। ਹਾਂਜੀ ਹਾਂਜੀ, ਚਲੋ ਉਹਦਾ ਮੈਂ ਵੀ ਅਸੀਂ 13-14 ਕਿਲੋ ਚੁੰਦੇ ਰਹੇ, ਪਤਾ ਨਹੀਂ ਦੱਬੀ ਕਿੱਥੇ ਜਾ ਕੇ ਰੁਕਣਾ ਪਸੰਦ ਆ ਵੀ ਬਹੁਤ ਕਰਮ ਵਾਲੀ ਤਾਂ ਦੱਸਿਆ ਵੀ ਮੰਨ ਲਓ ਵੀ ਸੀਲ ਸਲੱਗ ਕਰਮ ਵਾਲੀ ਸੋ ਜ਼ਿਆਦਾ ਤਾਂ ਨਹੀਂ ਆਪਾਂ ਕਹਿੰਦੇ 15-17 ਪਰ 10ੋਂ 12 ਜਿੰਨਾ ਮਰਜ਼ੀ ਚੰਗੀ ਸੇਵਾ ਕਰੋ। ਹਾਂਜੀ ਹਾਂਜੀ ਸੇਵਾ ਨਾ ਹੋਣਾ ਜੀ। ਹਾਂਜੀ ਬਿਲਕੁਲ, ਆਜੋ ਅੱਗੇ। ਹਾਂਜੀ ਲੈ ਜੀ। ਅੱਛਾ ਝੰਡਾ ਬਾਈ ਆ ਗਈ ਮੱਝ ਆਪਣੇ ਕੋਲ। ਹਾਂਜੀ ਇਹ ਵੀ ਗੱਭਣੀ ਹੈ? ਹਾਂਜੀ ਇਹ ਵੀ ਵੀਰ ਜੀ ਗੱਭਣੀ ਆ। ਕਿੰਨਵਾਂ ਸੂਆ ਅੱਗੇ ਆ ਵੀਰ ਜੀ? ਇਹ ਗਰੰਟੀ ਨਾਲ ਤੀਜਾ ਸੂਆ ਸੁਣਾ ਮੈਂ ਨੇ ਸਟਾਮ ਤੇ ਲਿਖੀ ਜਿਹੜੀ ਸਟਾਮ ਤੇ। ਹਾਂਜੀ ਹਾਂਜੀ ਐ ਮੈਂ ਤੁਹਾਨੂੰ ਦੱਸਣ ਦਿਆਂ ਗੱਲ, ਭਾਵੇਂ ਲਿਖਾ ਲਏ ਕਿ ਚ ਕਿਹੜੀ ਗੱਲ, ਗੱਲ ਤੁਹਾਡੀ ਸਹੀ ਆ। ਹਾਂਜੀ ਹਾਂਜੀ ਤੀਜਾ ਸੂਆ ਓਰੀਜਨਲ। ਹਾਂਜੀ ਓਰੀਜਨਲ ਤੀਜਾ ਸੂਆ ਸੁਣਾ, ਚਲੋ ਥੋੜੀ ਜੀ ਲਿੱਸੀ ਉਤੋਂ ਚਲੋ ਰਾਈ ਰੁਲੇ ਘਰੋਂ ਆ, ਤੇ ਬਾਕੀ ਇਹ ਇੱਕ ਗੱਲ ਹੈ ਵੀ ਝੰਡਾ ਵੀਰ ਹੈ ਪ੍ਰੋਪਰ ਸਾਰੇ ਪਸ਼ੂ ਤਿਆਰੀ ਤੇ ਹੀ ਆ। ਹਾਂਜੀ ਤਿਆਰੀ ਤੇ ਆ ਵੀਰ ਜੀ, ਇੱਕ ਦੋ ਦੋ ਤਿੰਨ ਤਿੰਨ ਦੋ ਦੋ ਤਾਂ ਨਹੀਂ ਕੱਢਦੇ। ਇਹ ਨਹੀਂ ਕੋਈ ਪਤਾ ਪਿਛਲੇ ਮੰਨ ਲਓ ਵੀ ਅੱਗੇ ਆ 5-7 ਦਿਨ ਹੋ ਗਏ ਸਾਡੇ ਕੋ ਨਾ ਵਹਿਣਾ ਸੀ ਇਦਾਂ ਸੂਣ ਵਾਲੀਆਂ, ਉਹ ਇੱਕ ਵਾਰ ਸੂਈ ਤੇ ਉਹ ਦੂਜੀਆਂ ਵੀ 4 ਸੂਪੀਆਂ ਮਿੰਟੋ ਮਿੰਟੀ। ਅੱਛਾ ਅੱਛਾ ਹਾਂਜੀ ਵੇਖੋ, ਸਮਾਂ ਨਹੀਂ ਲੈਂਦੀਆਂ ਹੈਗੀਆਂ ਤਿਆਰੀ ਤੇ ਹੀ ਆ। ਅੱਜ ਭਲਕ, ਅੱਜ ਭਲਕ ਦੋਸਤੋ ਪੂਰੀਆਂ ਪੁੜੇ ਪੜੇ ਖਿੱਚੇ ਆ, ਪੁੜੇ ਪੜੇ ਨਵਾਏ ਆ। ਹਾਂਜੀ ਹਾਂਜੀ ਅੱਜ ਭਲਕ ਤਿਆਰੀ ਤੇ ਹੀ ਆ ਪੂਰੀਆਂ। ਬਾਕੀ ਸੰਧੂ ਸਾਹਿਬ ਨਵੀਂ ਆ ਵੇਖੋ ਝੋਟੀ, ਬਾਕੀ ਕਈ ਵੀਰ ਹੁਣ ਚਲੋ ਇਹ ਗੱਲ ਹੈਗੀ ਫੇਸ ਫੂਸ ਤੋਂ ਵੇਖੋ, ਮੰਨ ਲਓ ਤੀਜਾ ਸੂਗਾ ਗਰੰਟੀ ਨਾਲ ਸੋਣੀ ਆ, ਇਹ ਵੀ ਆਪਣੇ ਸਾਂਝ ਵਾਲਿਆਂ ਬੰਦਿਆਂ ਕੋਈ ਮੱਝ ਆਈ ਆ, ਠੀਕ ਨਾ ਜੀ ਗੱਲ। ਤੇ ਬਾਕੀ ਚਲੋ ਥੋੜਾ ਜਿਹਾ ਉਹਨਾਂ ਦੇ ਵਿਚਾਰਿਆਂ ਦੇ ਤੂੜੀ ਤਾੜੀ ਤੁਹਾਨੂੰ ਪਤਾ ਥੋੜੀ ਜਿਹੀ ਗੰਦੀ ਪਿੱਲੀ ਜੀ ਕਰਕੇ ਨਾ ਵਿਚਾਰਿਆਂ ਦੀ ਗਲ ਗੁਲ ਗਈ। ਅੱਛਾ ਜੀ ਉਹਦਾ ਕਰਕੇ। ਹਾਂਜੀ ਮੱਝ ਵੇਖੋ ਫੁੱਲ ਲਾਈਟ ਆ ਗਈ ਆ, ਚੌਰਸ ਲੇਵਾ ਦੋਸਤੋ, ਨਾ ਕੋਈ ਬਾਈ ਨਾ ਕੋਈ ਸ਼ਾਹੀ ਨਾ ਕੋਈ ਸਾਈਡ, ਕੋਈ ਵਾਲਵਿੰਗ ਨਹੀਂ ਕਰਮਾਲੀ ਦੇ, ਬਿਲਕੁਲ ਜਿੰਨਾ ਵੀ ਹੈ ਸੁਆਪਣ ਜਿੰਨਾ ਵੀ ਹੈ ਦੋਸਤੋ ਸੋਹਣੀ ਹੈ ਕਰਮਾਲੀ, ਠੀਕ ਆ।
ਤੇ ਦੁੱਧ ਵਾਲਾ ਪਸ਼ੂ ਆ ਦੋਸਤੋ, ਜਿਹੜੇ ਵੀਰ ਥੋੜਾ ਨਿੰਦ ਤੇ ਭੰਡਦੇ ਆ, ਮਾੜਾ ਨਹੀਂ ਪਸ਼ੂ ਨੂੰ ਕਹਿਣਾ ਚਾਹੀਦਾ ਹੈਗਾ, ਜਿਹੋ ਜਿਹਾ ਰੇਟ ਪੜਤਾ ਉਹੋ ਜਿਹਾ ਪਸ਼ੂ ਵਿਕ ਜਾਂਦਾ ਤੇ ਮੱਝ ਚੰਗੀ ਆ ਬਿਲਕੁਲ ਪਤਲੇ ਦੀ, ਕੋਈ ਨੀਲੀ ਦੀ ਗਿਣ ਲੈ ਜੀ, ਕੋਈ ਰਾਵੀ ਦੀ ਗਿਣ ਲੈ, ਤੈਨੂੰ ਪਤਾ ਪੱਖ ਸਾਰੇ ਲੱਗੇ ਆ ਕਰਮਾਲੀ ਨੂੰ, ਬਸ 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 ਹਾਂਜੀ ਥਣ ਭਾਂਡਾ ਬਹੁਤ। ਚਲੋ ਦੂਜੀ ਇਹ ਗੱਲ ਹੈਗੀ ਸੰਧੂ ਸਾਹਿਬ ਵੀ ਕੋਈ ਤਿੱਪਣ ਕੋਈ ਪਿੱਛੇ ਭਾਰ ਦੀ ਆਪਣੀ ਫੁੱਲ ਗਰੰਟੀ ਹੋਊਗੀ। ਹਾਂਜੀ ਠੀਕ ਹੈ ਭਰਾ। ਹਾਂਜੀ ਹਾਂਜੀ ਤੇ ਝੰਡੇ ਵੀਰ ਕਿੱਥੋਂ ਤੱਕ ਦੇ ਦੇਈਏ ਫਿਰ? ਵੀਰ ਜੀ ਮੁੱਲ ਤੇ ਮੈਂ ਇਹਦਾ 82,000 ਰੁਪਇਆ ਕਰਦਾਂ, ਤੁਸੀਂ ਦੱਸ ਦਿਓ ਜੇ ਕੋਈ ਥੋੜਾ ਬਹੁਤਾ ਵਾਧਾ ਘਾਟਾ ਕੋਈ ਹੈ, ਜਿਸ ਤਰ੍ਹਾਂ ਵੀ ਆ ਤੁਸੀਂ ਵੀ ਰੋਜ਼ ਮਾਲ 'ਚ ਰਹਿੰਦੇ ਜੇ ਸੰਧੂ ਸਾਹਿਬ, ਤੁਸੀਂ ਦੱਸ ਦਿਓ ਜਿੰਨੇ ਦੀ। ਤੁਸੀਂ ਮੰਨ ਲਓ ਇਹ ਗੱਲ ਹੈਗੀ ਆ, ਸੂਆ ਤੀਜਾ ਇਹਨੇ ਗਰੰਟੀ ਨਾਲ ਵਾਕਿਆ ਜੀ, ਤਾਂ ਦੁੱਧ ਵੀ ਇਹ 14 ਲੀਟਰ ਭਰਾਉਂਦੀ ਜੇ। ਹਾਂਜੀ ਕਰਮਾਲੀ ਠੀਕ ਹੈ ਜੀ। ਹਾਂਜੀ 14 ਲੀਟਰ ਪੂਰਾ ਭਰਾਉਂਦੀ ਜੇ ਦੁੱਧ ਕਰਮਾਲੀ। ਨਹੀਂ ਜਿਹੋ ਜਿਹੇ ਥਣ ਭਾਂਡੇ ਲੱਗਦੇ ਪਏ ਆ ਝੰਡਾ ਵੀਰ, ਹਾਂਜੀ ਚਲੋ ਕੋਈ ਆਪਾਂ ਦਾਵਾ ਨਹੀਂ ਕਰਦੇ ਵੀ ਇਹਨਾਂ ਨਾ ਦੇਵੇ। ਹਾਂਜੀ ਹਾਂਜੀ ਤੇ ਚੰਗੀ ਸੇਵਾ ਹੋਣੀ ਚਾਹੀਦਾ, ਮਾਲਕ ਕੋਈ ਚੰਗਾ ਹੋਣਾ ਚਾਹੀਦਾ, ਕੋਈ 4 ਪੈਸੇ ਜਿੰਨੇ ਲਾਉਣੇ ਆ ਤੇ ਕੋਈ ਸੇਵਾ ਵੀ ਚੰਗੀ ਕਰੂਗਾ। ਸਹੀ ਗੱਲ ਸਹੀ ਗੱਲ, ਬਹੁਤ ਪਿੰਡੇ ਪਤਲੀ ਦੀ ਜੀ ਵੇਖੋ ਸੰਧੂ ਸਾਹਿਬ। ਹਾਂਜੀ ਹਾਂਜੀ ਮਈਆਂ ਸਾਰਿਆਂ ਤੁਹਾਨੂੰ ਦੱਸਣ ਦਿਆਂ ਪਤਲੇ ਪਿੰਡੇ ਦੀ ਆ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਤੇ ਫਿਰ ਦੱਸੋ ਸਹੀ ਕਿੱਥੋਂ ਕਿੱਥੇ ਹੋਜੂ ਝੰਡੇ ਵੀਰ, ਦੱਸੋ ਆਹ ਵੀ ਦੱਸ ਦਿਓ, ਮੈਂ ਕਿਤੇ ਇਹ ਨਾ ਹੋਵੇ ਤੁਸੀਂ ਉਹਨੇ ਦੀ ਤੁਹਾਨੂੰ ਆਈ ਗਈ ਨਾ ਹੋਵੇ। ਮੰਨ ਲਓ 75,000 ਦੀ ਦੇ ਦਈਏ ਇੱਕੋ ਗੱਲ, ਫਿਰ ਜੇ ਤੁਸੀਂ ਜਾਇਜ਼ ਆਖਿਆ ਕਰ ਦਈਏ ਤੇ 75 ਦੀ। ਹਾਂਜੀ 75 ਦੀ ਦੇ ਦਈਏ, ਤਾਂ 2 ਮੇਰਾ ਵੀ ਛੱਡ ਦਿਓ ਵਿੱਚ, ਆਪਾਂ ਕਿਹੜਾ। ਚਲੋ ਕੋਈ ਨਹੀਂ, 2,000 ਆਪਣੇ ਵੱਲੋਂ ਵੀ ਵੀਰ ਨੇ ਛੱਡਤਾ ਜੀ 75 ਚੋਂ। ਹਾਂਜੀ ਹੋ ਗਈ 73 ਦੀ ਹੈ। ਹਾਂਜੀ ਹਾਂਜੀ ਲਓ ਵੀ ਭਰਾਵੋ, ਬਾਕੀ ਤੁਹਾਡੇ ਸਾਹਮਣੇ ਆ ਤੇ ਜੇ ਕਿਸੇ ਵੀਰ ਦਾ ਹੋਰ ਵੀ ਕੋਈ ਦਿਲ ਆਇਆ ਉਹਦੇ 'ਚ ਵੀ ਮਾਣ ਤੁਹਾਨੂੰ ਕਰ ਦੂਗਾ ਝੰਡਾ ਭਾਈ, ਐਡੀ ਦੀ ਕੋਈ ਗੱਲ ਉਹ ਤੋਂ ਜੋ ਕਿ ਪਿਆਰ ਮੁਹੱਬਤ ਜਿਹੜਾ ਹੈਗਾ ਦੋਸਤੋ ਹੋਊਗਾ। ਠੀਕ ਆ ਹਾਂਜੀ ਹਾਂਜੀ ਲਓ ਬਾਕੀ ਆਓ, ਆਪਦੀ ਤਪਾਈ ਕਰੋ, ਤਸੱਲੀ ਕਰੋ। ਹਾਂਜੀ ਠੀਕ ਆ, ਮੱਝ ਵੱਡੀ ਆ, ਕੱਦ ਕੁੱਦ ਕੋਈ ਛੋਟਾ ਨਹੀਂ, ਪੂਰਾ ਕੱਦ ਵੱਡਾ ਸੰਧੂ ਸਾਹਿਬ ਵੇਖੋ ਮੈਂ ਲਾ ਕੇ। ਚਲੋ ਇੰਨਾ ਕੁ ਜ਼ਰੂਰ ਆ ਥੋੜੀ ਜੀ ਮੱਝ, ਤੁਹਾਨੂੰ ਪਤਾ ਲਿੱਸੀ ਕਰਕੇ ਨਾ। ਚਲੋ ਕਈ ਨਾ ਨੋਰਮਲ ਘਰਾਂ ਦੇ ਵਿੱਚ ਆਪਾਂ ਹਰ ਵਾਰ ਕਹਿੰਦੇ ਵੀ ਨਿਕਲਦਾ ਪਸ਼ੂ, ਕਈ ਨਾ ਨੋਰਮਲ ਘਰਾਂ 'ਚ ਨਿਕਲਦੇ ਆ। ਬਾਕੀ ਚਲੋ ਮੈਂ ਨਾ ਵੀ ਜੇ ਉਸ ਤਰ੍ਹਾਂ 5-7 ਦਿਨ ਸੰਧੂ ਸਾਹਿਬ ਲੈ ਜੇ ਨਾ ਕਰਮਾਲੀ ਕਿਤੇ ਤੇ ਮੰਨ ਲਓ ਇਹ ਆ ਵੀ ਬਣੂ ਬੜੀ ਬਣ ਜੂ। ਹਾਂਜੀ ਤੇ ਉੱਤੋਂ ਵੀ ਚਲੋ ਇਹ ਗੱਲ ਹੈ ਕਿ ਖਾਂਦੀ ਪੀਂਦੀ ਸੋਹਣਾ ਵਾ, ਖੁਰਲੀ 'ਚੋਂ ਮੂੰਹ ਨਹੀਂ ਕਰਮਾਲੀ ਕੱਢਦੀ, ਚਾਰੂ ਆ। ਹਾਂਜੀ ਚਾਰੂ ਆ ਲਓ ਜੀ ਤੇ। ਹਾਂਜੀ ਠੀਕ ਆ, ਬਾਕੀ ਆਰਡਰ ਉਡਰ ਦੀ ਕੁਆਲਿਟੀ ਦੋਸਤੋ ਸੋਹਣੀ ਆ, ਬਾਕੀ ਆਪਦਾ ਅੱਖੀ ਜ਼ਰੂਰ ਆਣ ਕੇ ਵੇਖਿਆ ਕਰੋ। ਠੀਕ ਆ ਜੀ, ਸੋ ਮੇਰਾ ਕੰਮ ਹੁੰਦਾ ਵਿਖਾਉਣ ਦਾ, ਬਾਕੀ ਅੱਗੋਂ ਵਪਾਰੀ ਨੇ ਪੂਰੀ ਤਸੱਲੀ ਕਰਕੇ ਪਸ਼ੂ ਲਿਆਂਦਾ ਹੁੰਦਾ, ਅੱਗੋਂ ਕਿਹੜੇ ਖਰੀਦਦਾਰ ਨੇ ਪੈਸੇ ਲਾਉਣੇ, ਆਪਦੀ ਵੀ ਤਸੱਲੀ ਕਰਿਆ ਕਰੋ। ਚਲੋ ਆਪਾਂ ਅੱਗੇ ਬੇਨਤੀ ਕਰ ਦਿੰਦੇ ਹਾਂ ਵੀ ਅਸੀਂ ਵੀਰ ਜੀ ਇਹ ਆਪਣੀਆਂ ਸਮਝ ਕੇ ਲਿਆਈ ਦੀਆਂ, ਜੇ ਕੋਈ ਨਿੱਕਾ ਭੋਰਾ ਸਾਨੂੰ ਨੁਕਸ ਲੱਗੇ ਅਸੀਂ ਨਹੀਂ ਲੈਂਦੇ। ਠੀਕ ਹੈ ਜੀ, ਤੇ ਬਾਕੀ ਚਲੋ ਜਿਹੜੇ ਵੀ ਵੀਰ ਭਰਾ ਨੇ ਸਾਡੇ ਕੋਲ ਲੈਣੀ, ਪਰ ਕੱਲ ਮੇਰੇ ਤੋਂ ਇੱਥੇ ਮੈਂ ਲਈ ਬੰਦਿਆਂ ਨੇ ਤੇ ਉਹ ਆਉਂਦੇ ਵੀ ਅਸੀਂ ਨਹੀਂ ਤਿੱਪਣੀ। ਮੈਂ ਕਿਹਾ ਵੀਰ ਜੀ ਨਾ ਤਿੱਪੋ, ਬਾਕੀ ਜ਼ਰੂਰ ਤਿੱਪੋ। ਬਿਲਕੁਲ ਬਿਲਕੁਲ, ਹੈਂ ਤੁਸੀਂ ਆਪਦੀ ਤਿੱਪ ਕੇ ਆਪਣੀ ਤਸੱਲੀ ਕਰ ਲਓ, ਕਿਉਂ ਤਸੱਲੀ ਕੀਤੀ ਸੰਧੂ ਸਾਹਿਬ ਚੰਗੀ ਹੁੰਦੀ ਆ। ਠੀਕ ਹੈ ਨਾ ਗੱਲ, ਆਪਾਂ ਤੇ ਫੁੱਲ ਤਸੱਲੀ ਕਰਕੇ ਲਈਦਾ ਮਾਲ, ਇਹ ਨਹੀਂ ਵੀ ਮੁੜ ਕੇ ਮੰਨ ਲਓ ਐਵੇਂ ਪੈਸੇ ਲੈ ਲਏ ਅਗਲਾ ਗਾਂਹ ਜਾਵੇ, ਉਹ ਨਹੀਂ ਗੱਲ, ਨਾ ਕਰਨੀ ਆ ਤੇ ਨਾ ਲੋੜਾ। ਨਹੀਂ ਨਹੀਂ ਜੀ, ਉਹਨਾਂ ਦਾ ਹੱਕ ਬਣਦਾ, ਆਪਾਂ ਤਾਂ ਵਾਰ ਵਾਰ ਕਹਿੰਦੇ ਆਪਦੀ ਕਰੋ। ਹਾਂਜੀ ਹਾਂਜੀ ਤਸੱਲੀ ਕਰੋ। ਝੰਡੇ ਵੀਰ ਆ ਗਿਆ ਆਪਣੇ ਕੋਲ ਲਾਸਟ ਵਿੱਚ। ਹਾਂਜੀ ਇਹ ਪੀਸ ਕਿਵੇਂ ਆ? ਹਾਂਜੀ ਇਹ ਵੀ ਜੀ ਮੈਂ ਗੱਬਣ ਬਾਅਦ ਤਿਆਰ ਆ, ਬਾਕੀ ਚਲੋ ਇਹ ਦਿਨ ਲੈ ਜੂਗੀ, ਅਜੇ 5-7 ਦਿਨ ਲੈ ਜੂਗੀ, ਆ ਵੇਖੋ 8-7 ਦਿਨ ਦੋਸਤੋ ਲੈ ਜੂਗੀ। ਹਾਂਜੀ ਮੈਂ ਮਾਲੀ ਤਿਆਰ ਤੇ ਵਜਨ ਲੋੜ ਤੁਸੀਂ ਇਹ ਮੈਂ ਦਾ ਵੀ ਵੇਖ ਲਓ, ਕਰਮਾਲੀ ਦਾ ਮੰਜਾ ਡੈਂਦਾ। ਹਾਂਜੀ ਤੇ ਜਿਵੇਂ ਆਪਣੇ ਕਹਿ ਦਿੰਦੇ ਸੀ ਸਿਆਣੇ ਪਿਆਣੇ ਵੀ ਮੱਝ ਇੰਨੇ ਕੁ ਰਾਜੀ ਮੰਜਾ ਡੈਂਦਾ, ਮੰਜਾ ਡੈਂਦਾ। ਹਾਂਜੀ ਹਾਂਜੀ ਤੇ ਉਹ ਗੱਲਬਾਤ ਆ ਤੇ ਬਾਕੀ ਤੁਹਾਡੇ ਸਾਹਮਣੇ ਆ। ਸਿੰਘ ਬੇਸ਼ੱਕ ਥੋੜੇ ਜੇ ਉੱਚੇ ਖੁੱਲੇ ਆ, ਹਾਂਜੀ ਤੇ ਮੱਥਾ ਮੁੱਥਾ ਵੇਖ ਲਓ, ਬੱਲਾ ਮੱਥਾ ਅੱਖ ਬਿੱਲੀ ਜਵਾਬ ਮਗਰਲੇ ਪੈਰ ਧੋਤੇ। ਠੀਕ ਆ ਜੀ, ਕ੍ਰੋਸ ਵਿੱਚ ਕੋਈ ਵੀਰ ਮੰਨ ਲਏ, ਆਪਾਂ ਬਰੀਡ ਦੇ ਨਾਲ ਨਹੀਂ ਜੋੜਦੇ ਕਿਉਂਕਿ ਵੱਜ ਨੇ ਆਪਦਾ ਆਪ ਵੈਸੇ ਵਿਖਾ ਦੇਣਾ। ਹਾਂਜੀ ਆਹ ਵੇਖੋ ਚੌੜੀ ਬਿਲਕੁਲ ਪੁੱਠੇ ਪਾਠੇ ਦੀ ਥੱਬਿਆਂ ਦੇ ਥੱਬੇ, ਤੇ ਆਹ ਤੁਸੀਂ ਥੱਲਿਓ ਵੀ ਵੇਖੋਗੇ ਦੋਸਤੋ ਲੇਵਾ, ਤੇ ਬਿਲਕੁਲ ਇੱਕੋ ਜਿਹੀਆਂ ਬਾਹੀਆਂ, ਬਿਲਕੁਲ ਇੱਕੋ ਜਿਹਾ ਵਿਖਾਲਾ। ਤੇ ਠੰਡੀ ਸਲੱਗ ਬੜੀ ਸੰਧੂ ਸਾਹਿਬ, ਬਹੁਤ ਠੰਡੀ ਸਲੱਗ। ਮੈਂ ਇਹਨੂੰ ਜਿਸ ਤਰ੍ਹਾਂ ਨਾ ਮੰਨ ਲਓ ਆਉਂਦੇ ਹੁੰਦੇ ਆ ਵੀ ਜਾਂ ਵੀ ਠੰਡਾ ਧੀਲੀ ਚੀਜ਼ ਆ, ਵੇਖੋ ਕਿਤੇ ਕਾਹਲ ਨਹੀਂ ਪੈਂਦੀ, ਆਪਦੀ ਮਰਜ਼ੀ ਨਾਲ ਤੁਰਦੀ ਹੈ, ਆਪਦੀ ਮਰਜ਼ੀ ਨਾਲ ਮੰਨ ਲਓ ਤੁਰਦੀ, ਆਪਦੀ ਮਰਜ਼ੀ ਨਾਲ ਹੀ ਚਲੋ। ਆਹ ਲਓ ਜੀ ਠੀਕ ਆ, ਸੋ ਬਹੁਤ ਠੰਡੀ ਧੀਰੀ ਆ, ਸੀਲ ਸ਼ਾਂਤ ਸੁਭਾਅ ਦੀ ਆ, ਕਰਮਾਂ ਦੀ ਨਰਮ ਜਿਹਾ ਸੁਭਾਅ। ਹਾਂਜੀ
ਤੇ ਬਾਕੀ ਦੋਸਤੋ ਜਿਹੜੇ ਭਲਵਾਨੀ ਜੋਸੇ ਆ ਮੈਨੂੰ ਲੱਗਦਾ ਉਹਨਾਂ 'ਚ ਗਰਮੀ ਨਹੀਂ ਹੁੰਦੀ, ਸਹੀ ਗੱਲ, ਜਿਹੜੇ ਬਿਲਕੁਲ ਕਾਰੇ ਜਿਹਾ ਹੋਣ ਫਿਰ ਉਹਨਾਂ 'ਚ ਗਰਮੀ ਵੀ ਜ਼ਿਆਦਾ ਹੈ ਮੇਰੇ, ਸਾਂਭੀ ਸੁੰਭੀ ਵੀ ਫੁੱਲ ਆ ਸੰਧੂ ਸਾਹਿਬ ਵੇਖੋ ਹੈਂ, ਅਤੇ ਝੰਡੇ ਵੀਰ ਦਿਨ ਹਫ਼ਤਾ ਮੰਨ ਕੇ ਕੋਈ ਸੌਦਾ ਕਰ ਲਏ, ਹਾਂਜੀ ਹਾਂਜੀ ਹਫ਼ਤਾ ਮੰਨ ਕੇ ਕਰ ਲਏ ਸੰਧੂ ਸਾਹਿਬ, 10 ਵੀ ਖੜ ਸਕਦੀ ਆ ਮੈਂ, ਚਲੋ ਵੱਡੀ ਆ ਭਾਰੇ ਪੱਲੇ ਵਾਲੀ ਆ, ਹਾਂਜੀ 10 ਵੀ ਖੜ ਸਕਦੀ ਆ, ਅਤੇ ਬਾਕੀ ਚਲੋ ਥੱਲਿਓਂ ਇਹਨੇ ਤੁਹਾਨੂੰ ਦੱਸਣ ਦਿਆਂ ਗੱਲ ਵੀ ਅਜੇ ਇਹਨੇ ਸਾਰ ਨੂੰ ਕਰਮ ਵਾਲੀ ਨੇ ਲੱਗਣਾ ਵਾ, ਹਾਂਜੀ ਪਰ ਜਿੰਨੀ ਕਰਮਾਲੀ ਦੀ ਬਿਲਕੁਲ ਆਪਾਂ ਕਹਿ ਲਈਏ ਨਾ ਵੀ ਜਿੰਨਾ ਗੁਣ ਹੈਗਾ ਉਹਨੇ ਵਿਖਾਉਣਾ ਹੀ ਆਪਦਾ, ਹਾਂਜੀ ਹਾਂਜੀ ਵਲੂਗੀ ਪੂਰੇ ਥੱਬਿਆਂ ਦੇ ਥੱਬੇ ਥੱਲਿਓ, ਹਾਂਜੀ ਅਤੇ ਬੇਸ਼ੱਕ ਦੋਸਤੋ ਧੱਕ ਥੋੜ੍ਹੀ ਜਿਹਾ ਗਾਂਹ ਨੂੰ ਰੱਖੇ ਜਿਹੜੀ ਬਿਲਕੁਲ ਵਿਖਾਈ ਦੇ ਰਹੀ ਆ, ਥਾਂ ਤੁਹਾਨੂੰ ਬਿਲਕੁਲ ਇੱਕੋ ਜਿਹੇ ਸਹਿਜ ਆ ਇੱਕੋ ਜਿਹੇ ਥਾਂ, ਅਤੇ ਝੰਡੇ ਵੀਰ ਕਿੱਥੋਂ ਕੁ ਤੱਕ ਮੁੱਲ ਲੈਣ ਦੇਣ ਦੀ ਕੀ ਗੱਲ ਵੀਰ ਜੀ, ਮੁੱਲ 1,00,000 ਰੁਪਈਆ ਕਰ ਲਈਏ, ਹੈਂ ਕਰਨਾ ਚਾਹੀਦਾ 1,00,000 ਕਿ ਗਲਤ, ਮੈਂ ਵੀ 1,25,00,000 ਵੀ ਕਰ ਲਓ ਜੀ, ਪਰ ਆਪਾਂ ਦੇਣ ਲੈਣੀ ਉੱਥੇ ਕੁ ਰੱਖ, ਦੇਣ ਲੈਣਾ ਆਪਾਂ ਫਿਰ 85,000 ਦੀ ਮੱਝ ਦੇ ਦਈਏ 85,000, ਹਾਂਜੀ ਅਤੇ ਬਾਕੀ ਤੁਸੀਂ ਦੱਸ ਦਿਓ ਜੇ ਕੋਈ ਹੈਗੀ ਗਾ, ਕੋਈ ਨਹੀਂ ਫਿਰ ਕਿਹੜੀ ਗੱਲ ਆ, ਠੀਕ ਹੈ ਨਾ ਗੱਲ, ਉਤਲਾ ਹੀ ਡਾ ਦੇਈਏ ਯਾਰ, ਕਿੰਨਾ 5 ਡਾ ਦੇ ਯਾਰ, ਚੱਲ 5 ਹੀ ਡਾ ਦੇ ਯਾਰ, ਕੋਈ ਗੱਲ ਹੀ ਕੋਈ ਨਹੀਂ ਜੱਟਾ, ਅੱਜ ਅੱਜ 80 ਦੀ, ਹਾਂਜੀ ਹਾਂਜੀ ਲੈ ਵੀ ਦੋਸਤੋ, ਹਾਂਜੀ ਠੀਕ ਆ, ਤੇ ਬਾਕੀ ਤੁਹਾਡੇ ਸਾਹਮਣੇ ਆ ਭਰਾਵੋ ਜਿਹੜਾ ਕੁਛ ਆ, ਤੇ 80,000 ਦੀ ਝੰਡਾ ਵੀਰਾਂ ਦਾ ਵੀ ਹਾਂ ਨਾ ਹੀ ਤੇ ਕਰ ਦਿਆਂਗੇ, ਵੈਸੇ 1,25,000 ਮੁੱਲ ਕਰਨ ਡਿਆ ਸੀਗਾ, ਹਾਂ ਠੀਕ ਆ, ਹਾਂਜੀ ਤੇ 80,000 ਦੀ ਹਾਂ ਨਾ, ਹਾਂਜੀ ਉਹ ਵੀ ਸੰਧੂ ਸਾਹਿਬ ਹੁਣ ਜਦੋਂ ਤੁਸੀਂ ਹੱਲ ਮੰਨ ਲਓ ਆ ਵੀ ਕੋਈ ਗੱਲ ਨੀ, ਫਿਰ ਕੀ ਭਰਾਵਾਂ ਦੀ ਮੰਨਣੀ ਪੈਂਦੀ ਆ, ਬਾਕੀ ਮੈਂ ਵੀ ਤੁਹਾਨੂੰ ਪਤਾ ਜਿੰਨਾ ਵੀ ਝੰਡੇ ਵੀਰ, ਹਾਂਜੀ ਆਪਾਂ ਸਸਤਾ ਸੌਦਾ ਜਿੰਨਾ ਵੀ ਹਿਸਾਬ ਕਿਤਾਬ ਜੀ ਦੇਣਾ, ਹਾਂਜੀ ਹਾਂਜੀ ਸਹੀ ਗੱਲ, ਆਪਣੇ ਦੀ ਗੱਲ ਕਰਕੇ, ਹਾਂਜੀ ਹਾਂਜੀ ਕਿਉਂ ਵਾਰ ਵਾਰ ਭੈਣ ਭਰਾ ਵੇ ਵੀ ਵਾਕਿਆ ਚੱਲੀ ਗਈ, ਪੈਸੇ ਵਾਰ ਵਾਰ ਨਹੀਂ ਲਾਉਂਦਾ ਕੋਈ ਬੰਦਾ ਨਾ, ਡਰ ਡਰ ਕੇ ਇੱਕ ਵਾਰੀ ਪੈਸੇ ਲਾਉਂਦਾ, ਸਹੀ ਗੱਲ, ਇੱਕ ਵਾਰੀ ਫਿਰ ਚੰਗੀ ਚੀਜ਼ ਨੂੰ ਮਿਲ ਜੇ ਨਿਆਰਾ, ਫਿਰ ਅਗਲਾ ਚੰਗੀ ਦਵਾਂਗੇ ਨਾ ਅਗਲਾ 10 ਕਢੂ, ਬਸ ਬਸ ਮੰਨ ਲਓ ਇੱਕ ਮਾੜੀ ਦਵਾਂਗੇ ਤੇ ਅਗਲਾ 20 ਨੂੰ ਮਾੜੀ ਮਾੜਾ ਕੰਮ ਹੁੰਦਾ, ਦੋ ਨਾਦਿਆਂ ਦੇ ਵਿਕੂਗੀ ਹਲੇ ਮੈਂ, ਹਾਂਜੀ ਹਾਂਜੀ ਭਾਜੀ ਦੇ ਸਾਨੂੰ ਤੁਹਾਡਾ ਮਾਨ ਤੁਹਾਡੇ ਮਾਨ ਨਾਲ ਕਰਦਾ ਨਹੀਂ, ਕਾਕਾ ਦਾ ਮਾਨ ਹੋ ਗਿਆ ਨਾਲ ਹੀ, ਬਸ ਬਸ ਬਸ, ਹਾਂਜੀ ਹਾਂਜੀ ਲਓ ਵੀ ਦੋਸਤੋ ਸਾਹਮਣੇ ਤੁਹਾਡੇ ਮੱਝ ਆ, ਹਾਂਜੀ ਜਿਵੇਂ ਮੇਰੇ ਵੀਰ ਨੂੰ ਕਿਸੇ ਨੂੰ ਪਸੰਦ ਆਉਂਦੀ ਆਪਦੀ ਟਿਪ ਲਿਓ, ਤਸੱਲੀ ਕਰ ਲਿਓ, ਆਨਲਾਈਨ ਕਰ ਲਿਓ, ਘਰ ਆਣ ਕੇ ਕਰ ਲਿਓ, ਠੀਕ ਆ। ਝੰਡੇ ਵੀਰ ਇੱਕ ਆਪਣੇ ਕੋਲ ਲਾਸਟ ਵਿੱਚ ਇਹ ਝੋਟੀ ਆ ਗਈ ਹੈ, ਹਾਂਜੀ ਇਹਦੀ ਕੀ ਡਿਟੇਲ ਆ? ਇਹਦੇ ਸਾਹ ਸਤੂ ਸਾਹਿਬ ਇਹਦੇ ਥੱਲੇ ਦੁੱਧ ਦਾ 8 ਕਿਲੋ, 8 ਕਿਲੋ, ਹਾਂਜੀ ਹਾਂਜੀ ਸੂਈ ਨੂੰ ਅੱਜ ਆ ਵੇਖੋ ਅਜੇ ਅੱਜ 8ਵਾਂ ਮੰਨ ਲਓ 8-10 ਦਿਨ ਹੀ ਹੋਏ ਆ, ਬਾਕੀ ਕੱਟੀ ਆ ਜੀ ਵੇਖੋ ਬਹੁਤ ਪਿਆਰੀ ਆ, ਲਓ ਜੀ ਮਗਰ ਕੱਟੀ ਆ, ਹਾਂਜੀ ਹਾਂਜੀ ਲਓ ਦੋਸਤੋ, ਹਾਂਜੀ ਨਾੜੂ ਤੇ ਵੀ ਗਿਆ ਲੈ, ਤੇ ਬਾਕੀ ਆ ਵੀ ਅਜੇ ਆ ਵੇਖੋ ਬਹੁਤ ਪਿਆਰੀ ਝੋਟੀ ਆ, ਮੰਨ ਲਓ ਹਾਂਜੀ ਕੋਈ ਨੀਲੀ ਲਾ ਲੇ ਕੋਈ ਵੀ ਰਾਵੀ ਲਾ ਲੇ, ਸੂਈ 8-10, ਹਾਂਜੀ ਹਾਂਜੀ ਹੋਏ ਆ ਸੂਈ ਸੂਈ ਆ ਜੀ, ਦੋ ਕੁ ਵਜੇ ਵੀਰ ਜੀ ਚੋਈ ਆ, ਹਾਂਜੀ ਬਹੁਤ ਚਵਾ ਪੋਲਾ ਕਰਮਾਲੀ ਦਾ, ਲਓ ਜੀ ਲੇਟ ਹੀ ਦੋਸਤੋ ਚਵਾਈ ਹੋਈ ਅੱਜ ਦੁਪਹਿਰੇ 2 ਵਜੇ, ਹਾਂਜੀ ਤੇ ਦੂਜਾ ਸੂਆ ਹੋਊਗੀ, ਹੈ ਹਾਂਜੀ ਹਾਂਜੀ, ਕਿ ਪਹਿਲਾਂ ਝੋਟੀ ਉਹਨਾਂ ਨੇ ਵੈਸੇ ਪਹਿਲਾਂ ਹੀ ਆਖਿਆ ਸੰਧੂ ਸਾਹਿਬ, ਵੈਸੇ ਚਲੋ ਪੱਕ ਪੁੱਕ ਕੇ ਕਈ ਵਾਰੀ ਮਾਲ ਸੁਣਦਾ ਤੁਹਾਨੂੰ ਪਤਾ, ਅੱਛਾ ਤੇ ਬਾਕੀ ਚਲੋ ਕੋਈ ਵੀ ਦੂਜੇ ਵੀ ਲਾ ਲਏ ਆਪਾਂ, ਇਹ 'ਚ ਕਿਹੜੀ ਗੱਲ ਆ, ਕੋਈ ਜੁਦਾਈ ਥੋੜਾ ਕਰਨੀ ਕਹੇ, ਲਓ ਜੀ ਹਾਂਜੀ ਪਹਿਲਾ ਸੂਆ ਦੋਸਤੋ ਚਾਹੇ ਦੂਜਾ ਸੂਆ ਮੰਨ ਸਕਦਾ ਵੀਰ, ਹਾਂਜੀ ਝੋਟੀ ਨਵੀਂ ਆ ਬਿਲਕੁਲ ਤੇ ਮਗਰ ਵੀ ਕੱਟੀ ਆ, ਹਾਂਜੀ ਹਾਂਜੀ ਆ ਲਿਓ, ਹਾਂਜੀ ਬਾਕੀ ਚਵਾ ਪਸਮਾਨ ਬਹੁਤ ਸੰਧੂ ਸਾਹਿਬ ਸੋਹਣਾ ਜੀ, ਅੱਛਾ ਹਾਂਜੀ ਹਾਂਜੀ ਬਾਕੀ ਚਵਾ ਐ ਵਧੀਆ, ਹਾਂਜੀ 1.5 ਕਿਲੋ ਦੇ ਲਾਗੇ ਬੰਨੇ, 1.5-2 ਕਿਲੋ ਗਾੜ ਹੀ ਜੇ ਹਿਸਾਬ ਲਾ ਲਓ, ਹਾਂਜੀ ਹਾਂਜੀ ਨੀਲੀ ਦੀ ਕੱਟੀ ਤੇ ਨੀਲੀ ਦੀ ਮੈਂ ਜੀ, ਕੱਟੀ ਬੜੀ ਪਿਆਰੀ ਜੀ, ਸੋ ਮਗਰ ਕੱਟੀ ਆ ਦੋਸਤੋ ਝੋਟੀ, ਕੋਈ ਵੀਰ ਪਹਿਲਾ ਦੂਜਾ ਸੂਆ ਮੰਨ ਲਿਆ, ਠੀਕ ਆ ਤੇ ਹੁਣ ਕਿੰਨਾ ਕ ਇੱਕ ਦੇ ਡੰਗ ਦੀ ਚੋਈ ਤੁਸੀਂ ਕੀਤੀ? ਹਾਂਜੀ ਹਾਂਜੀ ਇੱਕ ਅਸੀਂ ਦੁਪਹਿਰੇ ਜੇ ਚੋਈ ਵੀਰ ਜੀ 2 ਵਜੇ, ਤੇ ਹੁਣ ਹੈਗਾ 8-7 ਕਿਲੋ ਹੈਗਾ ਦੁੱਧ, 8 ਕਿਲੋ ਗਰੰਟੀ ਦਿੱਤੀ ਜੀ ਉਹਨਾਂ ਨੇ ਆਪਾਂ ਨੂੰ, ਅੱਛਾ 8 ਕਿਲੋ ਦੀ ਉਹਨਾਂ ਨੇ ਗਰੰਟੀ ਫੁੱਲ, ਬਾਕੀ ਚਵਾਪ ਸਮਾਨ ਬਹੁਤ ਝੋਟੀ ਲੱਗਾ ਜੀ, ਠੀਕ ਆ ਹਾਂਜੀ ਹਾਂਜੀ, ਲਓ ਵੀ ਦੋਸਤੋ ਅੱਜ ਬਾਂਦੀ ਬੁੰਦੀ ਇੱਕ ਡੰਗ ਦੀ 2 ਵਜੇ ਚਵਾਈ ਕਰਕੇ ਵੀਰ ਲੈ ਕੇ ਆਇਆ, ਹਾਂਜੀ ਪਰ ਫਿਰ ਵੀ ਅੱਗੇ ਕੋਈ ਵੀਰਾਂ ਦੀ 2 ਟਾਈਮ ਭਰਾ ਕੇ ਵੇਖ ਲਏ, ਚਵਾਈ ਪਸਮਾ 1 ਨੰਬਰ ਆ, ਬਾਕੀ ਕੋਈ 2 ਟਾਈਮ ਚੋ ਕੇ ਆਪਦਾ
ਹੁੰਦਾ ਬਿਲਕੁਲ ਦੁੱਧ ਤੁਸੀਂ ਕਲੀਅਰ ਕਰ ਸਕਦੇ ਜੇ 8, 8.5, 7 ਠੀਕ ਆ ਜਿੰਨਾ ਵੀ ਥੱਲੇ ਹੈਗਾ ਹਾਂ ਬਹੁਤ ਬਣਦੀ ਸੰਧੂ ਸਾਹਿਬ ਬਹੁਤ ਥੱਲੇ ਹੁੰਦਾ ਝੋਟੀ ਬਹੁਤ ਸੋਹਣੀ ਬਣਦੀ ਵਧੀਆ ਨਹੀਂ ਚੰਗੀ ਝੋਟੀ ਸਾਰੀ ਚੰਗੀ ਆ ਹਾਂਜੀ ਤੇ ਠੰਡੀ ਥੀਰੀ ਆ ਕੋਈ ਡਰੱਗ ਭਜਾਕਲ ਨਹੀਂ ਤੇ ਇਹਨੇ ਬੰਦੇ ਵੇਖ ਕੇ ਨੇ ਭੱਜ ਜਾਣਾ ਸੀਗਾ ਭੱਜ ਜਾਣਾ ਸਹੀ ਗੱਲ ਆ ਲਈਦੀ ਵੀ ਨਹੀਂ ਸੰਧੂ ਸਾਹਿਬ ਉਹੋ ਜੀ ਹਾਂਜੀ ਛੱਡ ਕੇ ਭਾਵੇਂ ਚੋਲੋ ਵੇਖੋ ਫੇਸ ਕੁਆਲਿਟੀ ਕਿੱਡੀ ਸੋਹਣੀ ਕਰਮ ਵਾਲੀ ਦੀ ਬਿਲਕੁਲ ਜੀ ਬਿਲਕੁਲ ਹਾਂਜੀ ਚਲੋ ਠੀਕ ਹੈ ਜੀ ਲੈ ਜਾਓ ਆ ਜਾਓ ਤੇ ਝੰਡੇ ਵੀਰ ਕੀ ਮੁੱਲ ਕਰੇਗਾ ਇਹਦਾ ਲੈਣ ਦੇਣ ਮੁੱਲ ਤੇ ਸੰਧੂ ਸਾਹਿਬ ਭਾਵੇਂ 85 ਵੀ ਕਰ ਲਈਏ ਜਾਇਜ਼ ਆ 76,000 ਦੀ ਹਾਂ ਨਾ ਝੋਟੀ ਦੇ ਦਈਏ ਹਾਂਜੀ 76,000 ਦੀ ਹਾਂ ਨਾ ਝੋਟੀ ਦੇ ਦਈਏ 76,000 ਦੀ ਹਾਂਜੀ ਝੋਟੀ ਵੇਖੋ ਉਸ ਤਰ੍ਹਾਂ ਵਜਨ ਲੋਟ ਵਾਲੀ ਆ ਜੇ ਮੰਨ ਲਓ ਕਿਸੇ ਵੇਲੇ ਕੋਈ ਲੱਗਦਾ ਦੱਸ ਦਿਓ ਆਪਾਂ ਕੋਈ ਗੱਲ ਨਹੀਂ ਆ ਤੇ ਲਓ ਜੀ 76,000 ਦੋਸਤੋ ਮੰਗ ਕੀਤੀ ਹੈ ਝੰਡੇ ਵੀਰ ਨੇ ਬਾਕੀ ਕੋਈ ਵੀ ਰਾਵੇ ਆਪਦੀ ਸਮਝਣਾ ਤੁਸੀਂ ਜਿੰਨੇ ਪੈਸੇ ਤੁਹਾਨੂੰ ਲੱਗਦਾ ਤੁਸੀਂ ਵੀ ਲਾ ਸਕਦੇ ਜੇ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਝੋਟੀ ਚੰਗੀ ਆ ਠੀਕ ਆ ਤੇ ਨਵੀਂ ਝੋਟੀ ਆ ਕਰੋ ਚੈੱਕ ਠੀਕ ਹੈ ਜੀ ਠੀਕ ਆ ਓਕੇ ਜੀ ਓਕੇ ਝੋਟੀ ਵੀ ਨੀਲੀ ਚਾਹੁੰਦੀ ਆ ਤੇ ਝੰਡੇ ਵੀਰ ਬੋਲ ਦਈਏ ਨੰਬਰ ਨੰਬਰ ਹੈਗਾ ਵੀਰ ਜੀ 98724-39717 ਠੀਕ ਹੈ ਜੀ ਤੇ ਦੂਜਾ ਹੈਗਾ ਜੀ 86990 ਹਾਂਜੀ 7025 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਵੀਰ ਝੰਡਾ ਸਿੰਘ ਦੇ ਨੇ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਕਰ ਦਿਆਂਗੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ ਸੋ ਅੱਜ ਤੁਹਾਨੂੰ ਇਹ 8 ਨਗ ਦਿਖਾਉਣੇ ਸੀ ਦੋਸਤੋ 5 ਮੱਝਾਂ ਸੀ 3 ਵੈੜਾਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ